ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਕ ਸ਼ੂਗਰ ਦਾ ਸਵਾਲ ਆਇਆ ਸੀ ਤੇ ਸ਼ੂਗਰ ਦੇ ਸਵਾਲ ਦੇ ਬਾਰੇ ਅਸੀਂ ਕਿਹਾ ਸੀ ਬਹੁਤ ਟਾਈਮ ਲੱਗਦਾ ਸ਼ੂਗਰ ਨੂੰ ਐਕਸਪਲੇਨ ਕਰਨ ਦੇ ਲਈ ਕਿਉਂਕਿ ਇੱਕ ਅਜਿਹੀ ਬਿਮਾਰੀ ਹੈ ਮੈਨੂੰ ਲੱਗਦਾ ਵੀ ਯੂਨੀਵਰਸਲ ਹੋ ਜਾਂਦੀ ਹੈ ਹਰ ਕਿਸੇ ਨੂੰ ਬਿਮਾਰੀ ਹੈ ਤੇ ਹਰ ਕਿਸੇ ਨੂੰ ਬਿਮਾਰੀ ਦਾ ਇਲਾਜ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਸ਼ੂਗਰ ਦੇ ਚੈੱਕ ਕਰਨ ਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਉਹਨੂੰ ਇੱਕ ਵਾਰ ਚੈੱਕ ਕਰੋ ਸਿਰਫ ਇੱਕੋ ਹੀ ਟਾਈਮ ਸੁਬਾਹ ਇਹ ਸਭ ਤੋਂ ਵੱਡੀ ਮਿਸਟੇਕ ਹੈ ਸ਼ੂਗਰ ਦੇ ਚੈੱਕ ਇਨ ਤੁਸੀਂ ਸ਼ੂਗਰ ਦੀ ਜਦੋਂ ਵੀ ਚੈੱਕ ਕਰਨਾ ਤੇ ਵੀਕ 'ਚ ਕੋਸ਼ਿਸ਼ ਕਰੋ ਜਿਹਨੂੰ ਸ਼ੂਗਰ ਨੋਰਮਲ ਚੱਲ ਰਹੀ ਹੈ ਉਹ ਵੀਕ 'ਚ 3 ਤੋਂ 4 ਵਾਰੀ ਚੈੱਕ ਕਰੇ ਔਰ ਜਿਹਦੀ ਸ਼ੂਗਰ ਨੋਰਮਲ ਨਹੀਂ ਰਹਿੰਦੀ ਉਹ ਬੇਸ਼ੱਕ ਐਵਰੀ ਡੇ ਚੈੱਕ ਕਰੇ ਔਰ ਇਹਨੂੰ ਕਦੇ ਵੀ ਇੱਕ ਟਾਈਮ 'ਤੇ ਰੋਜ਼ ਨਹੀਂ ਚੈੱਕ ਕਰਨਾ ਦੇਖੋ ਤੁਹਾਡੀ ਸ਼ੂਗਰ ਇੱਕ ਟਾਈਮ 'ਤੇ ਵਾਲੀ ਤਾਂ ਨਹੀਂ ਸਾਰਾ ਦਿਨ ਰਹਿੰਦੀ ਜਦੋਂ ਖਾਣਾ ਖਾ ਲਓਗੇ ਉਦੋਂ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਖਾਣੇ ਤੋਂ 3 ਘੰਟੇ ਬਾਅਦ ਖਾਣੇ ਤੋਂ ਪਹਿਲਾਂ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਉਸ ਹਿਸਾਬ ਨਾਲ ਤੁਸੀਂ ਉਹਨਾਂ ਖਾਣਾ ਖਾਓ ਅਗਰ ਬਹੁਤ ਲੋਅ ਹੋ ਜਾਂਦੇ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਖਾਣੇ ਦਾ ਟਾਈਮ ਉਸ ਤੋਂ ਪਹਿਲੇ ਐਡਜਸਟ ਕਰ ਲਓ ਫਿਰ ਇਸੇ ਤਰ੍ਹਾਂ ਖਾਣੇ ਕਿਹੜੀਆਂ ਚੀਜ਼ਾਂ ਤੁਹਾਨੂੰ ਖਾਣ ਨਾਲ ਸ਼ੂਗਰ ਵੱਧ ਜਾਂਦੀ ਹੈ ਜਦੋਂ ਤੁਸੀਂ 3 ਘੰਟੇ ਬਾਅਦ ਚੈੱਕ ਕਰੋ ਕਿਉਂਕਿ ਕੱਲ੍ਹ ਤਾਂ ਮੈਂ ਕੀਤੀ ਸੀ 3 ਘੰਟੇ ਬਾਅਦ 7:30 ਹੋ ਗਈ ਸੀ ਜਾਂ 120-130 ਹੋ ਗਈ ਸੀ ਲੇਕਿਨ ਅੱਜ ਮੈਂ ਚੈੱਕ ਕੀਤੀ ਤਾਂ 180 ਆਈ ਜਾਂ 10-12 ਹੁਣ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਖਾਣੇ 'ਚ ਕੀ ਚੇਂਜ ਕਰਨੀ ਹੈ ਕਿਹੜੀ ਚੀਜ਼ ਤੁਸੀਂ ਗਲਤ ਕਰ ਰਹੇ ਹੋ ਕਿਹੜੀ ਚੀਜ਼ ਤੁਸੀਂ ਠੀਕ ਕਰ ਰਹੇ ਸ਼ੂਗਰ ਦੀ ਦੂਸਰੀ ਟਿਪ ਇਹ ਹੈ ਕਿ ਹਮੇਸ਼ਾ ਇੱਕ ਛੋਟੀ ਡਾਇਰੀ ਤੁਹਾਡੀ ਜੇਬ 'ਚ ਹੋਣੀ ਚਾਹੀਦੀ ਹੈ ਜਾਂ ਘਰ 'ਚ ਪਈ ਹੋਵੇ ਜਦੋਂ ਤੁਸੀਂ ਘਰ 'ਚ ਚੈੱਕ ਕਰ ਦਿਓ ਉਹਦੇ 'ਤੇ ਤੁਸੀਂ ਡੇਟ ਟਾਈਮ ਪਾ ਕੇ ਫਾਸਟਿੰਗ ਰੈਂਡਮ ਕਿ ਕਿਹੜੀ ਮੈਂ ਚੈੱਕ ਕੀਤੀ ਹੈ ਅਤੇ ਅੱਗੇ ਸ਼ੂਗਰ ਲਿਖ ਦੇਣੀ 20 ਸਾਲ ਬਾਅਦ 30 ਸਾਲ ਬਾਅਦ ਕੋਈ ਪੁੱਛੇ ਤੁਹਾਨੂੰ ਕਿ ਤੁਹਾਡਾ 30 ਸਾਲ ਪਹਿਲੇ 25 ਮਈ ਨੂੰ 27 ਮਈ ਨੂੰ ਸ਼ੂਗਰ ਕਿੰਨੀ ਸੀ ਤੁਸੀਂ ਉਹਨੂੰ ਐਗਜੈਕਟ ਕੱਢ ਕੇ ਦੱਸੋ ਕਿ ਅਸੀਂ ਸ਼ੂਗਰ ਇੰਨੇ ਵੱਜ ਕੇ ਆਏ ਹਾਂ ਤੁਸੀਂ ਚੈੱਕ ਕੀਤੀ ਸੀ ਇਹ ਰਿਕਾਰਡ ਤੁਹਾਡੇ ਕੋਲ ਪਿਆ ਰਹਿਣਾ ਚਾਹੀਦਾ ਤੀਸਰੀ ਇਹਦੀ ਟਿਪ ਸ਼ੂਗਰ ਕਦੇ ਵੀ ਐਬਰਪਟ ਖਾਣਾ ਨਾ ਖਾਓ ਬਹੁਤ ਜ਼ਿਆਦਾ ਖਾਣਾ ਨਾ ਖਾਓ ਕਦੇ ਵੀ ਜਦੋਂ ਵੀ ਖਾਣਾ ਇੱਕ ਮਖਸੂਸ ਲਿਟਲ ਅਮਾਊਂਟ 'ਚ ਖਾਣਾ ਔਰ ਹੋ ਸਕੇ ਤਾਂ ਤੁਸੀਂ ਅਕਸਰ ਡਾਕਟਰਾਂ ਨੂੰ ਸੁਣਿਆ ਹੋਣਾ ਕਾਰਬ ਨਾ ਖਾਓ ਜਦੋਂ ਤੁਸੀਂ ਰੋਟੀ ਨੂੰ ਖਾਂਦੇ ਹੋ ਤਾਂ ਉਹ ਕਾਰਬ ਹੀ ਹੈ ਨਾ ਰੋਟੀ ਜਦੋਂ ਤੁਸੀਂ ਕੋਈ ਵੀ ਆਟਾ ਉਹਨੂੰ ਪੀਸ ਲੈਂਦੇ ਹੋ ਯਾਨੀ ਕੋਈ ਵੀ ਪ੍ਰੋਡਕਟ ਉਹਨੂੰ ਪੀਸ ਲੈਂਦੇ ਹੋ ਤਾਂ ਉਹ ਕਾਰਬ ਹੀ ਬਣ ਜਾਂਦਾ ਜਦੋਂ ਦੀ ਰੋਟੀ ਪਕਾਓਗੇ ਇਹ ਬਹੁਤ ਵੱਡੀ ਮਿੱਥ ਹੈ ਕਿ ਸਿਰਫ ਕਣਕ ਨੂੰ ਹੀ ਖਾਓ ਤਾਂ ਕਾਰਬ ਹੁੰਦਾ ਹੈ ਨਾ ਤੁਸੀਂ ਜਿਹੜਾ ਮਰਜ਼ੀ ਜਿਹੜੀ ਸ਼ੈ ਨੂੰ ਮਰਜ਼ੀ ਨੂੰ ਜਦੋਂ ਤੁਸੀਂ ਪੀਸ ਲਓਗੇ ਨਾ ਆਟਾ ਬਣਾ ਲਓਗੇ ਉਹ ਕਾਰਬ ਹੀ ਬਣ ਜਾਏਗਾ ਅਤੇ ਬੈਟਰ ਹੈ ਸ਼ੂਗਰ ਵਾਲਾ ਪੇਸ਼ੈਂਟ ਜ਼ਿਆਦਾਤਰ ਰੋਟੀ ਨਾ ਖਾਏ ਸ਼ੂਗਰ ਦੇ ਪੇਸ਼ੈਂਟ ਦੀ ਜਿਹੜੀ ਚੌਥੀ ਟਿਪ ਹੈ ਜਿਹੜੀ ਉਹਦੀ ਬੈਸਟ ਫੂਡ ਆ ਉਹਦੇ ਲਈ ਹੁਣ ਬਹੁਤ ਸਾਰੇ ਲੋਕ ਨਹੀਂ ਖਾ ਸਕਦੇ ਨਹੀਂ ਖਾਂਦੇ ਉਹ ਹੈ ਫਿਸ਼ ਇਹ ਬਗੈਰ ਦਵਾਈ ਤੋਂ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਤੁਸੀਂ ਜਿਹਦੇ ਨਾਲ ਸ਼ੂਗਰ ਮੈਨੇਜ ਕਰ ਸਕਦੇ ਹੋ ਚੌਥੀ ਹੈ ਫਿਸ਼ ਖਾਣਾ ਅਗਰ ਕੋਈ ਬੰਦਾ ਐਵਰੀ ਡੇ ਜਸਟ ਇੰਨਾ ਪੀਸ ਫਿਸ਼ ਦਾ ਆਪਣੇ ਸਾਲਾਂ ਦੇ ਨਾਲ ਸਬਜ਼ੀ ਨਾਲ ਰੱਖ ਕੇ ਖਾ ਲੈਂਦਾ ਜਿਹੜੀ ਵੀ ਚੀਜ਼ ਉਹ ਖਾ ਰਿਹਾ ਉਹਦੇ ਨਾਲ ਇੱਕ ਇੰਨਾ ਛੋਟਾ ਜਿਹਾ ਪੀਸ ਫਿਸ਼ ਦਾ ਵੀ ਖਾਓ ਜੇ ਤੁਸੀਂ ਇਕੱਲੀ ਫਿਸ਼ 'ਤੇ ਰਾਈਸ ਖਾ ਲਓ ਜਾਂ ਇਕੱਲੀ ਫਿਸ਼ 'ਤੇ ਕੋਈ ਵੀ ਹੋਰ ਚੀਜ਼ ਨਾਲ ਲਾ ਕੇ ਖਾ ਲਓ ਤਾਂ ਤੁਹਾਡੀ ਸ਼ੂਗਰ ਵੱਧਦੀ ਨਹੀਂ ਪੰਜਵੀਂ ਟਿਪ ਜਿਹੜੀ ਹੈ ਸ਼ੂਗਰ ਦਾ ਪੇਸ਼ੈਂਟ ਬਗੈਰ ਐਕਸਰਸਾਈਜ਼ ਜਾਂ ਬਗੈਰ ਬ੍ਰਿਸਕ ਵਾਕ ਤੋਂ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਬਾਕੀ ਦੀ ਜਿਹਨੇ ਉਹ ਕੋਸ਼ਿਸ਼ ਕੀਤੀ ਉਹ ਗੁਜ਼ਾਰਨ ਦੀ ਉਹਦੀ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ ਤੁਸੀਂ ਇਹ ਆਪਣੇ ਆਪ 'ਤੇ ਮਸਟ ਕਰ ਲਓ ਫਰਜ਼ ਕਰ ਲਓ ਓਬਲੀਗੇਟਰੀ ਕਰ ਲਓ ਪੱਕਾ ਕਰ ਲਓ ਕਿ ਮੈਂ 15 ਤੋਂ 30 ਮਿੰਟ ਐਵਰੀ ਡੇ ਐਕਸਰਸਾਈਜ਼ ਕਰਨੀ ਹੈ 2 ਟਾਈਮ ਸੁਬਾਹ ਵੀ ਅਤੇ ਸ਼ਾਮ ਨੂੰ ਜਾਂ ਵਾਕ ਕਰਨਾ 15 ਤੋਂ 30 ਮਿੰਟ ਦੀ ਜਿਹੜੀ ਤੁਹਾਡੀ ਤੇਜ਼ ਵਾਕ ਹੈ ਤੇਜ਼ ਵਾਕ ਜਿਹਦੇ 'ਚ ਪਸੀਨਾ ਆਵੇ ਤੁਹਾਨੂੰ ਅਗਰ ਸਵੈਟ ਨਾ ਹੋਇਆ ਪਸੀਨਾ ਨਾ ਆਇਆ ਤਾਂ ਤੁਹਾਡੀ ਉਹ ਵਾਕ ਯੂਜ਼ਲੈਸ ਹੈ ਉਹਨੇ 5% ਫਾਇਦਾ ਰਿਹਾ 22 ਚੀਜ਼ਾਂ ਨਾਲ ਸ਼ੂਗਰ ਵੱਧ ਜਿੰਨੀਆਂ ਵੀ 22 ਚੀਜ਼ਾਂ ਨੇ 22 ਚੀਜ਼ਾਂ 'ਚ ਗੋਭੀ ਹੈ ਜਿਸ ਦਿਨ ਤੁਸੀਂ ਪਾਲਕ ਸਾਗ ਗੋਭੀ ਖਾ ਲਓਗੇ ਤੁਹਾਡੀ ਸ਼ੂਗਰ ਇਨਕਰੀਜ਼ ਹੋ ਜਾਏਗੀ ਤੁਸੀਂ ਗੌਰ ਕਰਨਾ ਜਿਸ ਦਿਨ ਛੋਲੇ ਖਾ ਲਓਗੇ ਚਨੇ ਕਹਿੰਦੇ ਉਸ ਦਿਨ ਤੁਹਾਡੀ ਸ਼ੂਗਰ ਬਹੁਤ ਵੱਧ ਜਾਏਗੀ ਜਿਸ ਦਿਨ ਤੁਸੀਂ ਰੋਟੀ 1 ਤੋਂ ਜ਼ਿਆਦਾ ਖਾ ਲਓਗੇ ਜਿੰਨੀਆਂ ਰੋਟੀਆਂ ਖਾਂਦੇ ਜਾਓਗੇ ਉੰਨੀ ਸ਼ੂਗਰ ਉੱਪਰ ਚੜ ਜਾਏਗਾ ਦੇਖ ਲਓ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਅਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਨੇ ਚੰਗੇ
मैसेज ले जाने ने ते नाल नाल सेहत संबंधी गलबात होनी है ते गलबात करांगे डॉक्टर मुर्तजा दे नाल स्टूडियो दे विच पहुंचे हुए ने बिना किसी देरी तो आओ स्वागत कर लेने जी डॉक्टर साहब दा। डॉक्टर साहब स्वागत है जी तुहाडा, वेलकम। थैंक यू अर्श, हाउ आर यू? गुड जी। मैंने मैच करके कलर रंग पाया। बिल्कुल, असी क्या डॉक्टर साहब दा पहला देखिया कि हाथ च केड़े रंग दा कोट आ सी, आप ओ वाला कोट कढ़ के ले आंदा। ए मेनू लगदा यूनिवर्सल जे कलर आ, सारेयां नूं पसंद आ। काला, हां काला बहुत लोकां नूं पसंद आ। ओ की कहंदे, तन उजला मन काला। तन उजला मन काला, साधु नाम अनेक। हमसे काला कौवा भला, जो अंदर बाहर एक। गुड वन, गुड वन। सो ये है कि अजकल कहंदे हुंदे ने काले दा रिवाज है, कोई कहंदे जी मेरे कोले डार्क काला, लाइट काला, ते सारा वार्डरोब काला, बाकी असीं कलरफुल कपड़े पाउंदे ने। चलो मन साफ होना चाहीदा, बाकी रंग च की रख्या। डॉक्टर साहब, आपां जे सेहत संबंधी गलबात करदे हां, असीं हमेशा इस खास मुलाकात दे विच खास टॉपिक लैके आउंदे हां, सेहत दे बहुत सारे सवाल लैके आउंदे हां। पिछली बारी तुहानूं याद होना एक शुगर दा सवाल आया सी, ते शुगर दे सवाल दे बारे असीं कहिंदे बहुत टाइम लगता है शुगर नूं एक्सप्लेन करन दे लई, क्योंकि एक अजिही बीमारी है, मैनूं लगदा इह वी यूनिवर्सल हो जांदी है, हर किसी नूं बीमारी है, ते हर किसी नूं बीमारी दा इलाज उन्हां तक पहुंच नहीं रहा। हुण ओह इलाज होम्योपैथिक दे विच हैगा, ओह तुसीं हमेशा सानूं दस्सदे आ। ओहदे रिगार्डिंग एक सवाल आया सीगा, मैं दोबारा रिपीट कर दिंदी हां, क्योंकि ओह आया सी, कहिंदे आ कि मैनूं शुगर है 2002 तों, फास्टिंग जदों करदे आ ते उदों 120 जां 130 तक आ जांदी है, ग्लिमप्राइड 1 mg मैं गोली खाना, पर फिर भी मेरे नम रहिंदे आ फीट ते लोअर लेग्स। ਤੇ ਮੈਂ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਸ਼ੂਗਰ ਬਾਰੇ, ਤੇ ਮੈਨੂੰ ਰਾਣਾ ਜੀ ਦਾ ਨੰਬਰ ਦੇ ਦਿਓ। ਸੋ ਇੰਨਾ ਵੱਡਾ ਇਹਨਾਂ ਨੇ ਸਵਾਲ ਤੇ ਨਾਲ ਆਪਣੀ ਬਿਮਾਰੀ ਵੀ ਡਿਸਕ੍ਰਾਈਬ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਇਹਨਾਂ ਦੀ ਜਿਹੜੇ ਪੈਰ ਨੰਮ ਰਹਿੰਦੇ ਆ ਤੇ ਜਿਹੜੀ ਸ਼ੂਗਰ ਦੀ ਰੀਡਿੰਗ ਦੱਸੀ ਹੈ, ਦੋਵੇਂ ਆਪਸ 'ਚ ਕੰਟਰਡਿਕਟਰੀ ਹੈ, ਇਹ ਦੋਵੇਂ ਇੱਕ ਗੱਲ ਗਲਤ ਹੈ। ਓਕੇ, ਜਾਂ ਸ਼ੂਗਰ ਇਹਨਾਂ ਦੀ ਨੋਰਮਲ ਨਹੀਂ ਹੈ, ਤੇ ਜਾਂ ਇਹਨਾਂ ਦੇ ਪੈਰ ਖਰਾਬ ਨਹੀਂ ਹੈ, ਥੱਕੇ ਹੋਏ ਨਹੀਂ ਹੈ। ਪੈਰ ਖੈਰ ਇੱਕ ਹੋਰ ਰੀਜ਼ਨ ਤੋਂ ਵੀ ਨਮ ਹੋ ਸਕਦੇ ਆ, ਆਇਰਨ ਦੀ ਕਮੀ ਔਰ ਬਲੱਡ ਪ੍ਰੈਸ਼ਰ ਲੋਅ ਔਰ ਕੋਲੈਸਟ੍ਰੋਲ ਦੀ ਜ਼ਿਆਦਤੀ, ਇਹ ਵੀ ਰੀਜ਼ਨਾਂ ਹੋ ਸਕਦੀਆਂ। ਲੇਕਿਨ ਜਿਹਨੂੰ ਸ਼ੂਗਰ ਆ ਉਹਨੂੰ ਮੇਨ ਰੀਜ਼ਨ ਸ਼ੂਗਰ ਹੀ ਹੋ ਸਕਦੀ ਹੈ। ਹੁਣ ਇਹਨਾਂ ਦੀ ਸ਼ੂਗਰ ਅਗਰ 120-130 ਰਹਿੰਦੀ 24 ਘੰਟੇ ਇਹਦੇ ਅੰਦਰ ਹੀ ਰਹਿੰਦੀ, ਅਤੇ 80 ਨੀਚੇ ਵਾਲੀ 80 ਤੋਂ ਉੱਪਰ ਰਹਿੰਦੀ, ਤਾਂ ਇਹਨਾਂ ਦੇ ਕਦੀ ਪੈਰ ਦਰਦ ਨਹੀਂ ਸੀ ਕਰਨੇ। ਹੁਣ ਇਹਨਾਂ ਨੂੰ ਪਤਾ ਨਹੀਂ, ਇਹ ਮੇਰੇ ਖਿਆਲ ਸੁਬਹਾ ਚੈੱਕ ਇੱਕ ਵਾਰੀ ਹੀ ਕਰਦੇ ਆ। ਸ਼ੂਗਰ ਦੇ ਚੈੱਕ ਕਰਨ 'ਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਉਹਨੂੰ ਇੱਕ ਵਾਰੀ ਚੈੱਕ ਕਰੋ, ਸਿਰਫ ਇੱਕੋ ਹੀ ਟਾਈਮ ਸੁਬਹਾ ਨੂੰ। ਇਹ ਸਭ ਤੋਂ ਵੱਡੀ ਮਿਸਟੇਕ ਹੈ ਸ਼ੂਗਰ ਦੇ ਚੈਕਿੰਗ 'ਚ। ਤੁਸੀਂ ਸ਼ੂਗਰ ਦੀ ਜਦੋਂ ਵੀ ਚੈੱਕ ਕਰਨਾ ਹੈ ਤਾਂ ਵੀਕ 'ਚ ਕੋਸ਼ਿਸ਼ ਕਰੋ, ਜਿਹਨੂੰ ਸ਼ੂਗਰ ਨੋਰਮਲ ਚੱਲ ਰਹੀ ਹੈ ਉਹ ਵੀਕ 'ਚ 3 ਤੋਂ 4 ਵਾਰੀ ਚੈੱਕ ਕਰੇ, ਔਰ ਜਿਹਦੀ ਸ਼ੂਗਰ ਨੋਰਮਲ ਨਹੀਂ ਰਹਿੰਦੀ ਉਹ ਬੇਸ਼ੱਕ ਐਵਰੀ ਡੇ ਚੈੱਕ ਕਰੇ। ਔਰ ਇਹਨੂੰ ਕਦੇ ਵੀ ਇੱਕ ਟਾਈਮ 'ਤੇ ਰੋਜ਼ ਨਹੀਂ ਚੈੱਕ ਕਰਨਾ। ਦੇਖੋ, ਤੁਹਾਡੀ ਸ਼ੂਗਰ ਇੱਕ ਟਾਈਮ 'ਤੇ ਵਾਲੀ ਤਾਂ ਨਹੀਂ ਸਾਰਾ ਦਿਨ ਨਾਲ ਰਹਿੰਦੀ, ਜਿਹੜੀ ਸੁਬਹਾ ਸ਼ੂਗਰ ਹੈ ਉਹ ਰਾਤ 9 ਵਜੇ ਤੱਕ ਉਹ ਤਾਂ ਨਹੀਂ ਰਹੇਗੀ ਨਾ। ਜਦੋਂ ਖਾਣਾ ਖਾ ਲਓਗੇ ਉਦੋਂ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਖਾਣੇ ਤੋਂ 3 ਘੰਟੇ ਬਾਅਦ, ਖਾਣੇ ਤੋਂ ਪਹਿਲਾਂ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਕਿ ਉਸ ਹਿਸਾਬ ਨਾਲ ਤੁਸੀਂ ਉਨਾ ਖਾਣਾ ਖਾਓ। ਅਗਰ ਬਹੁਤ ਲੋਅ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਖਾਣੇ ਦਾ ਟਾਈਮ ਉਸ ਤੋਂ ਪਹਿਲੇ ਐਡਜਸਟ ਕਰ ਲਓ। ਫਿਰ ਇਸੇ ਤਰ੍ਹਾਂ ਖਾਣੇ ਕਿਹੜੀਆਂ ਚੀਜ਼ਾਂ ਤੁਹਾਨੂੰ ਖਾਣ ਨਾਲ ਸ਼ੂਗਰ ਵੱਧ ਜਾਂਦੀ ਹੈ, ਜਦੋਂ ਤੁਸੀਂ 3 ਘੰਟੇ ਬਾਅਦ ਚੈੱਕ ਕਰੋ, ਕਿਉਂਕਿ ਕੱਲ੍ਹ ਤਾਂ ਮੈਂ ਕੀਤੀ ਸੀ 3 ਘੰਟੇ ਬਾਅਦ 7:30 ਹੋ ਗਈ ਸੀ ਜਾਂ 120-130 ਹੋ ਗਈ ਸੀ, ਲੇਕਿਨ ਅੱਜ ਮੈਂ ਚੈੱਕ ਕੀਤੀ ਤਾਂ 180 ਆਈ ਜਾਂ 10-12। ਹੁਣ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਖਾਣੇ 'ਚ ਕੀ ਚੇਂਜ ਕਰਨੀ ਹੈ, ਕਿਹੜੀ ਚੀਜ਼ ਤੁਸੀਂ ਗਲਤ ਖਾ ਰਹੇ ਹੋ, ਕਿਹੜੀ ਚੀਜ਼ ਤੁਸੀਂ ਠੀਕ ਕਰਨੀ ਹੈ। ਇਹ ਉਦੋਂ ਨਹੀਂ ਪਤਾ ਲੱਗ ਸਕਦਾ ਜਦੋਂ ਤੁਸੀਂ ਸ਼ੂਗਰ ਨੂੰ ਸਿਰਫ ਮੋਰਨਿੰਗ 'ਚ ਚੈੱਕ ਕਰੋ। ਜੇ ਤੁਸੀਂ ਸ਼ੂਗਰ ਨੂੰ ਖਾਣੇ ਤੋਂ ਬਾਅਦ ਚੈੱਕ ਕਰੋਗੇ ਤਾਂ ਪਤਾ ਲੱਗੇਗਾ ਨਾ ਕਿ ਕਿਹੜਾ ਖਾਣਾ ਮੈਨੂੰ ਸੂਟ ਕਰਦਾ ਅਤੇ ਕਿਹੜਾ ਨਹੀਂ ਕਰਦਾ। ਜੇ ਰੋਜ਼ ਇੱਕੋ ਹੀ ਟਾਈਮ ਮੋਰਨਿੰਗ 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 ਚੈੱਕ ਕਰਦੇ ਰਹੋਗੇ ਤਾਂ ਉਹਦਾ ਕੀ ਪਤਾ ਲੱਗੇਗਾ ਕਿ ਸ਼ਾਮ ਨੂੰ ਕਿੰਨੀ ਹੁੰਦੀ, ਰਾਤ ਨੂੰ ਕਿੰਨੀ ਹੁੰਦੀ, ਸੌਣ ਲੱਗਿਆਂ ਕਿੰਨੀ ਹੁੰਦੀ, ਸੌਣ ਤੋਂ ਬਾਅਦ ਸੁਬਹਾ ਉੱਠਣ ਤੱਕ ਕਿੰਨੀ ਹੁੰਦੀ, ਉਹ ਤਾਂ ਚਲੋ ਤੁਸੀਂ ਸੁਬਹਾ ਦੇਖ ਲੈਂਦੇ ਹੋ। ਹੁਣ ਜਦੋਂ ਵੀ ਸ਼ੂਗਰ ਚੈੱਕ ਕਰਨੀ, ਤੁਸੀਂ ਸੁਬਹਾ ਇੱਕ ਦਫ਼ਾ ਕਰਨੀ ਵੀਕ 'ਚ ਜਾਂ ਮੈਕਸੀਮਮ 2 ਦਫ਼ਾ, ਬਾਕੀ 5 ਦਿਨ ਜਿਹੜੇ ਨੇ ਨਾ ਉਹ ਤੁਸੀਂ 5 ਡਿਫਰੈਂਟ ਟਾਈਮਾਂ 'ਤੇ ਕਰਨੀ ਔਰ ਉਹਦਾ ਇੱਕ ਰਿਕਾਰਡ ਰੱਖਣਾ। ਸ਼ੂਗਰ ਦੀ ਦੂਸਰੀ ਟਿਪ ਇਹ ਹੈ ਕਿ ਹਮੇਸ਼ਾ ਇੱਕ ਛੋਟੀ ਡਾਇਰੀ ਤੁਹਾਡੀ ਜੇਬ 'ਚ ਹੋਣੀ ਚਾਹੀਦੀ ਹੈ ਜਾਂ ਘਰ 'ਚ ਪਈ ਹੋਵੇ, ਜੇ ਤੁਸੀਂ ਘਰ 'ਚ ਚੈੱਕ ਕਰਦੇ ਹੋ ਉਹਦੇ 'ਤੇ ਤੁਸੀਂ ਡੇਟ ਟਾਈਮ ਪਾ ਕੇ ਫਾਸਟਿੰਗ ਰੈਂਡਮ ਕਿ ਕਿਹੜੀ ਮੈਂ ਚੈੱਕ ਕੀਤੀ ਹੈ, ਅਤੇ ਅੱਗੇ ਸ਼ੂਗਰ ਲਿਖ ਦੇਣੀ ਹੈ। 20 ਸਾਲ ਬਾਅਦ, 30 ਸਾਲ ਬਾਅਦ ਕੋਈ ਪੁੱਛੇ ਤੁਹਾਨੂੰ ਕਿ ਤੁਹਾਡੀ 30 ਸਾਲ ਪਹਿਲੇ
25 ਮਈ ਨੂੰ 27 ਮਈ ਨੂੰ ਸ਼ੂਗਰ ਕਿੰਨੀ ਸੀ ਤੁਸੀਂ ਉਹਨੂੰ ਐਗਜ਼ੈਕਟ ਕੱਢ ਕੇ ਦੱਸੋ ਕਿ ਇੰਨੀ ਸੀ ਸ਼ੂਗਰ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਮੈਂ ਚੈੱਕ ਕੀਤੀ ਸੀ ਇਹ ਰਿਕਾਰਡ ਤੁਹਾਡੇ ਕੋਲ ਪਿਆ ਰਹਿਣਾ ਚਾਹੀਦਾ ਜਿਹੜਾ ਬੰਦਾ ਇਸ ਰਿਕਾਰਡ ਨੂੰ ਮੇਨਟੇਨ ਕਰਨ ਦੀ ਆਦਤ ਪਾ ਲੈਂਦਾ ਉਹਦੀ ਸ਼ੂਗਰ ਮੈਨੇਜ ਹੋ ਜਾਂਦੀ ਹੈ ਕਿਉਂਕਿ ਬੰਦਾ ਉਸ ਹਿਸਾਬ ਨਾਲ ਫਿਰ ਉਹਨੂੰ ਮੈਨੇਜ ਕਰ ਲੈਂਦਾ ਇਹ ਦੂਸਰੀ ਟਿਪ ਹੈ ਅੱਜ ਦੀ ਪਹਿਲੀ ਇਹ ਸੀ ਕਿ ਡਿਫਰੈਂਟ ਟਾਈਮਾਂ 'ਤੇ ਕਰਨੀ ਔਰ ਦੂਸਰੀ ਇਹ ਸੀ ਕਿ ਇਹਨੂੰ ਲਿਖਣਾ ਔਰ ਕਰਕੇ ਰੱਖਣਾ ਤੀਸਰੀ ਇਹਦੀ ਟਿਪ ਸ਼ੂਗਰ ਦੀ ਕਦੇ ਵੀ ਐਬਰਪਟ ਖਾਣਾ ਨਾ ਖਾਓ ਬਹੁਤ ਜ਼ਿਆਦਾ ਖਾਣਾ ਨਾ ਖਾਓ ਕਦੇ ਵੀ ਜਦੋਂ ਵੀ ਖਾਣਾ ਇੱਕ ਮਖਸੂਸ ਲਿਟਲ ਅਮਾਊਂਟ 'ਚ ਖਾਣਾ ਔਰ ਹੋ ਸਕੇ ਤਾਂ ਤੁਸੀਂ ਅਕਸਰ ਡਾਕਟਰਾਂ ਨੂੰ ਸੁਣਿਆ ਹੋਣਾ ਕਾਰਬ ਨਾ ਖਾਓ ਜਦੋਂ ਤੁਸੀਂ ਰੋਟੀ ਨੂੰ ਖਾਂਦੇ ਹੋ ਤਾਂ ਉਹ ਕਾਰਬ ਹੀ ਹੈ ਨਾ ਰੋਟੀ ਜਦੋਂ ਤੁਸੀਂ ਕੋਈ ਵੀ ਆਟਾ ਉਹਨੂੰ ਪੀਸ ਲੈਂਦੇ ਹੋ ਯਾਨੀ ਕੋਈ ਵੀ ਪ੍ਰੋਡਕਟ ਉਹਨੂੰ ਪੀਸ ਲੈਂਦੇ ਹੋ ਤਾਂ ਉਹ ਕਾਰਬ ਹੀ ਬਣ ਜਾਂਦਾ ਜਦੋਂ ਉਹਦੀ ਰੋਟੀ ਪਕਾਓਗੇ ਇਹ ਬਹੁਤ ਵੱਡੀ ਮਿੱਥ ਹੈ ਕਿ ਸਿਰਫ ਕਣਕ ਨੂੰ ਹੀ ਖਾਓ ਤਾਂ ਕਾਰਬ ਹੁੰਦਾ ਹੈ ਨਾ ਤੁਸੀਂ ਜਿਹੜਾ ਮਰਜ਼ੀ ਜਿਹੜੀ ਸ਼ੈ ਨੂੰ ਮਰਜ਼ੀ ਨੂੰ ਜਦੋਂ ਤੁਸੀਂ ਪੀਸ ਲਓਗੇ ਨਾ ਆਟਾ ਬਣਾ ਲਓਗੇ ਉਹ ਕਾਰਬ ਹੀ ਬਣ ਜਾਏਗਾ ਅਤੇ ਬੈਟਰ ਹੈ ਸ਼ੂਗਰ ਵਾਲਾ ਪੇਸ਼ੈਂਟ ਜ਼ਿਆਦਾਤਰ ਰੋਟੀ ਨਾ ਖਾਏ ਮੋਸਟ ਆਫ ਦਾ ਟਾਈਮ ਰੋਟੀ ਨਾ ਖਾਏ ਹੋਰ ਚੀਜ਼ਾਂ 'ਤੇ ਸਬਸਟੀਚਿਊਟ ਕਰੇ ਸ਼ੂਗਰ ਦੇ ਪੇਸ਼ੈਂਟ ਦੀ ਜਿਹੜੀ ਚੌਥੀ ਟਿਪ ਹੈ ਨਾ ਜਿਹੜੀ ਉਹਦੀ ਬੈਸਟ ਫੂਡ ਆ ਉਹਦੇ ਲਈ ਹੁਣ ਬਹੁਤ ਸਾਰੇ ਲੋਕ ਉਹ ਨਹੀਂ ਖਾ ਸਕਦੇ ਨਹੀਂ ਖਾਂਦੇ ਉਹ ਹੈ ਫਿਸ਼ ਇਹ ਬਗੈਰ ਦਵਾਈ ਤੋਂ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਤੁਸੀਂ ਜਿਹਦੇ ਨਾਲ ਸ਼ੂਗਰ ਮੈਨੇਜ ਕਰ ਸਕਦੇ ਹੋ ਚੌਥੀ ਹੈ ਫਿਸ਼ ਖਾਣਾ ਅਗਰ ਕੋਈ ਬੰਦਾ ਐਵਰੀ ਡੇ ਜਸਟ ਇੰਨਾ ਪੀਸ ਫਿਸ਼ ਦਾ ਆਪਣੇ ਸਾਲਨ ਦੇ ਨਾਲ ਸਬਜ਼ੀ ਨਾਲ ਰੱਖ ਕੇ ਖਾ ਲੈਂਦਾ ਜਿਹੜੀ ਵੀ ਚੀਜ਼ ਉਹ ਖਾ ਰਿਹਾ ਉਹਦੇ ਨਾਲ ਇੱਕ ਇੰਨਾ ਛੋਟਾ ਜਿਹਾ ਪੀਸ ਫਿਸ਼ ਦਾ ਵੀ ਖਾਓ ਜੇ ਤੁਸੀਂ ਇਕੱਲੀ ਫਿਸ਼ 'ਤੇ ਰਾਈਸ ਖਾ ਲਓ ਜਾਂ ਇਕੱਲੀ ਫਿਸ਼ 'ਤੇ ਕੋਈ ਵੀ ਹੋਰ ਚੀਜ਼ ਨਾਲ ਲਾ ਕੇ ਖਾ ਲਓ ਤਾਂ ਤੁਹਾਡੀ ਸ਼ੂਗਰ ਵੱਧਦੀ ਨਹੀਂ ਖਾਣੇ ਤੋਂ ਬਾਅਦ ਅਕਸਰ ਲੋਕਾਂ ਦੀ 10-12 ਹੋ ਜਾਂਦੀ ਹੈ ਬਿਲਕੁਲ ਯਾਨੀ 200 ਤੱਕ ਚਲੀ ਜਾਂਦੀ ਕ੍ਰੋਸ ਵੀ ਕਰ ਜਾਂਦੀ ਤੁਹਾਡੀ ਸ਼ੂਗਰ ਫਿਸ਼ ਖਾਣ ਨਾਲ ਤਾਂ ਵੱਧਦੀ ਨਹੀਂ ਬਲਕਿ ਉਹ ਪਿੱਛੇ ਲੈ ਕੇ ਆਉਂਦੀ ਹੈ ਸ਼ੂਗਰ ਨੂੰ ਚੌਥੀ ਟਿਪ ਅਤੇ ਪੰਜਵੀਂ ਟਿਪ ਜਿਹੜੀ ਹੈ ਸ਼ੂਗਰ ਦਾ ਪੇਸ਼ੈਂਟ ਬਗੈਰ ਐਕਸਰਸਾਈਜ਼ ਜਾਂ ਬਗੈਰ ਬ੍ਰਿਸਕ ਵਾਕ ਤੋਂ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਬਾਕੀ ਦੀ ਜਿਹਨੇ ਉਹ ਕੋਸ਼ਿਸ਼ ਕੀਤੀ ਉਹ ਗੁਜ਼ਾਰਨ ਦੀ ਉਹਦੀ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ ਤੁਸੀਂ ਇਹ ਆਪਣੇ ਆਪ 'ਤੇ ਮਸਟ ਕਰ ਲਓ ਫਰਜ਼ ਕਰ ਲਓ ਓਬਲੀਗੇਟਰੀ ਕਰ ਲਓ ਪੱਕਾ ਕਰ ਲਓ ਕਿ ਮੈਂ 15-30 ਮਿੰਟ ਐਵਰੀ ਡੇ ਐਕਸਰਸਾਈਜ਼ ਕਰਨੀ ਹੈ 2 ਟਾਈਮ ਸੁਬਹਾ ਵੀ ਅਤੇ ਸ਼ਾਮ ਵੀ ਜਾਂ ਵਾਕ ਕਰਨੀ ਹੈ 15-30 ਮਿੰਟ ਦੀ ਜਿਹੜੀ ਤੁਹਾਡੀ ਤੇਜ਼ ਵਾਕ ਹੈ ਤੇਜ਼ ਵਾਕ ਜਿਹਦੇ 'ਚ ਪਸੀਨਾ ਆਵੇ ਤੁਹਾਨੂੰ ਅਗਰ ਸਵੈਟ ਨਾ ਹੋਇਆ ਪਸੀਨਾ ਨਾ ਆਇਆ ਤਾਂ ਤੁਹਾਡੀ ਉਹ ਵਾਕ ਯੂਜ਼ਲੈਸ ਹੈ ਉਹਨੇ 5% ਫਾਇਦਾ ਦੇਣਾ ਤੁਸੀਂ ਜਿਹੜੇ ਠੰਡੇ ਇਲਾਕਿਆਂ ਦੇ ਲੋਕ ਆ ਉਹ ਵੈਸੇ ਬ੍ਰਿਸਕ ਵਾਕ ਕਰ ਲੈਣ ਉਹ ਜਦੋਂ ਜੈਕਟ ਜੁਕਟ ਪਾ ਕੇ ਤੁਸੀਂ ਤੇਜ਼ ਵਾਕ ਕਰਦੇ ਹੋ ਜਿਹੜੀ ਹਲਕੀ ਜਿਹੀ ਜੋਗਿੰਗ ਕਹਿ ਲਓ ਛੋਟੀ ਜਿਹੀ ਅਤੇ ਉਹਨਾਂ ਨੂੰ ਆ ਜਾਂਦਾ ਪਸੀਨਾ ਅੰਦਰ ਨਾ ਅਤੇ ਇਹ ਪੰਜਵੀਂ ਟਿਪ ਹੈ ਸ਼ੂਗਰ ਦੀ ਕਿ ਤੁਸੀਂ 15-30 ਮਿੰਟ ਮਸਟ ਕਰ ਲਓ ਆਪਣੇ ਆਪ 'ਤੇ ਪੱਕਾ ਕਰ ਲਓ ਕਿ ਤੁਸੀਂ ਇਹਦੀ ਵਾਕ ਕਰਨੀ ਹੀ ਕਰਨੀ ਹੁਣ ਇਹਨਾਂ ਵੱਲ ਆ ਜਾਓ ਜਿਹੜੇ ਆਪਾਂ ਨੂੰ ਕੁਐਸਚਨ ਕੀਤਾ ਮੇਰੀ ਆਦਤ ਹੈ ਮੈਂ ਚਾਹੁੰਦਾ ਕਿ ਹੋਰਾਂ ਨੂੰ ਵੀ ਭਲਾ ਹੋ ਜਾਵੇ ਇੱਕ ਬੰਦੇ ਨੇ ਸਵਾਲ ਕੀਤਾ ਅਤੇ ਕਈਆਂ ਦਾ ਫਾਇਦਾ ਹੋਵੇ ਇਸ ਬੰਦੇ ਦੀ ਸ਼ੂਗਰ ਨੋਰਮਲ ਜਿਵੇਂ ਮੈਂ ਕਿਹਾ ਕਿ ਨਹੀਂ ਹੈਗੀ 120 ਹੋਏਗੀ ਜਿਸ ਟਾਈਮ ਇਹ ਚੈੱਕ ਕਰਦੇ ਨੇ ਜਿਸ ਟਾਈਮ ਇਹ ਚੈੱਕ ਨਹੀਂ ਕਰਦੇ ਉਦੋਂ ਕਦੇ ਕਦੇ 200-250 ਵੀ ਹੋਏਗੀ ਇਸ ਲਈ ਇਹਨਾਂ ਦੇ ਪੈਰਾਂ 'ਚ ਦਰਦ ਹੁੰਦੀ ਕਿਉਂਕਿ ਗਲੂਕੋਜ਼ ਉੱਥੇ ਇਕੱਠਾ ਹੋ ਰਿਹਾ ਹੁਣ ਇਹਨਾਂ ਨੂੰ ਇਹ 5 ਟਿਪਸ ਅਮਲ ਕਰਨੀਆਂ ਚਾਹੀਦੀਆਂ ਪਹਿਲੇ ਦੂਸਰੇ ਲੈਵਲ 'ਤੇ ਇਹਨਾਂ ਨੂੰ ਡਿਫਰੈਂਟ ਟਾਈਮ 'ਤੇ ਜਦੋਂ ਸ਼ੂਗਰ ਦੀ ਗੋਲੀ ਖਾਧੀ ਹੈ ਨਾ ਉਸ ਦੇ 12 ਘੰਟੇ ਬਾਅਦ ਅਤੇ ਉਹਦੇ 24 ਘੰਟੇ ਬਾਅਦ ਅਗਲੇ ਦਿਨ ਯਾਨੀ ਗੋਲੀ ਖਾਣ ਤੋਂ ਪਹਿਲਾਂ ਅਤੇ ਜਦੋਂ 12 ਘੰਟੇ ਹੋ ਜਾਣ ਖਾਣਾ ਖਾ ਕੇ 3 ਘੰਟੇ ਬਾਅਦ ਇਹਨਾਂ ਨੂੰ ਸ਼ੂਗਰ ਚੈੱਕ ਕਰਨੀ ਚਾਹੀਦੀ ਹੈ ਇਹ 5 ਦੇ ਵਿੱਚ ਟਿਪ ਸ਼ਾਮਿਲ ਹੈ ਇਹਦੇ 'ਚ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੇਰੀ ਸ਼ੂਗਰ ਕਿਸ ਟਾਈਮ ਵੱਧਦੀ ਹੈ ਫਿਰ ਇਹਨਾਂ ਨੂੰ HbA1c ਕਰਾਉਣਾ ਚਾਹੀਦਾ ਲੇਕਿਨ HbA1c ਮੈਂ ਕਈ ਵਾਰੀ ਉਹਦੇ 'ਤੇ ਬਿਲੀਵ ਨਹੀਂ ਕਰਦਾ ਇੰਨਾ ਕਿਉਂਕਿ ਉਹਨੇ ਇੱਕ ਮੀਡੀਅਨ ਦੇਣਾ ਤੁਹਾਨੂੰ ਇੱਕ ਐਵਰੇਜ ਦੱਸਣੀ ਹੈ ਉਹਨੇ ਉਹ ਨਹੀਂ ਦੱਸਣੀ ਜਿਹੜੀ ਹਾਈਐਸਟ ਸੀ ਉਹਨੇ ਉਹ ਨਹੀਂ ਦੱਸਣੀ ਜਿਹੜੀ ਲੋਐਸਟ ਸੀ ਹੁਣ ਜੇ ਇੱਕ ਬੰਦੇ ਦੀ ਸ਼ੂਗਰ ਉਹਨੇ ਐਵਰੇਜ 8 ਦੱਸੀ ਤਾਂ ਉਹਦੀ 12 ਵੀ ਸੀ 4 ਵੀ ਸੀ 12-4 ਨੂੰ ਜਮ੍ਹਾਂ ਕਰੋ ਕਿੰਨਾ ਬਣਦਾ 16 ਅਤੇ ਉਹ 8 ਆਏਗਾ ਉਹਦਾ ਮੀਡੀਅਮ ਉਹ 8 ਤਾਂ ਉਹਦੇ ਹਿਸਾਬ ਨਾਲ ਠੀਕ ਹੈ ਲੇਕਿਨ 12 ਕਿਵੇਂ ਠੀਕ ਹੈ ਅਤੇ 4 ਕਿਵੇਂ ਠੀਕ ਹੈ ਦੋਨੋਂ ਹੀ ਗਲਤ ਆ ਇਹ ਮੈਂ ਅਕਸਰ ਸਮਝਾਉਂਦਾ ਇਹ ਗੱਲ ਇਹ ਆਰਜ਼ੀ ਤੌਰ 'ਤੇ ਤੁਸੀਂ ਇੱਕ ਆਈਡੀਆ ਲੈਣ ਲਈ ਤਾਂ ਕਰ ਸਕਦੇ ਹੋ ਲੇਕਿਨ ਇਹ ਪੱਕੀ ਜਜਮੈਂਟ ਨਹੀਂ ਦਿੰਦਾ ਮੈਨੇਜ ਕਰਨ ਲਈ ਇਹ ਠੀਕ ਨਹੀਂ ਹੈ ਮੈਨੇਜ ਕਰਨ ਲਈ ਐਵਰੀ ਡੇ ਜਾਂ ਇੱਕ ਦਿਨ ਛੱਡ ਕੇ ਤੁਸੀਂ ਸ਼ੂਗਰ ਚੈੱਕ ਕਰਨੀ ਔਰ ਉਹ ਵੀ ਡਿਫਰੈਂਟ ਟਾਈਮਾਂ 'ਤੇ ਹੁਣ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੇਰੀ ਸ਼ੂਗਰ ਕਈ ਵਾਰੀ 200-250 ਹੋ ਜਾਂਦੀ ਹੈ ਉਹਦੇ ਹਿਸਾਬ ਨਾਲ ਇਹਨਾਂ ਨੇ ਫਾਸਟਿੰਗ ਦਾ ਹੀ ਦੱਸਿਆ ਵੀ ਉਦੋਂ ਕਰਦੇ ਹਾਂ ਇਹ ਗਲਤ ਹੈ ਇਹ ਮੈਂ ਸ਼ੁਰੂ 'ਚ ਹੀ ਦੱਸਿਆ ਕਿ ਇੱਕੋ ਟਾਈਮ ਨਹੀਂ ਚੈੱਕ ਕਰਨਾ ਠੀਕ ਹੈ
ਹੁਣ ਅਗਰ ਇਹਨਾਂ ਨੂੰ ਪਤਾ ਲੱਗ ਜਾਏ ਕਿ ਇਸ ਤਰ੍ਹਾਂ ਤਾਂ ਇਹ ਸ਼ਾਮ ਨੂੰ ਜਾਂ ਜਿਹੜੇ ਟਾਈਮ ਇਹਨਾਂ ਦੀ ਸ਼ੂਗਰ ਵਧੀ ਹੁੰਦੀ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਅੱਧਾ ਘੰਟਾ ਘੰਟਾ ਪਹਿਲੇ ਇਹ ਕੋਈ ਗੋਲੀ ਐਡ ਕਰ ਲੈਣ। ਹੁਣ ਇਹਨਾਂ ਨੇ ਕਿਹਾ ਰਾਣਾ ਸਾਹਿਬ ਦਾ ਨੰਬਰ ਚਾਹੀਦਾ, ਕਿੰਨੇ ਮਿੰਟ ਟਾਈਮ ਹੈ, ਜੇ ਟਾਈਮ ਹੈ ਟਾਈਮ ਹੈ ਹਾਂਜੀ 10 ਮਿੰਟ ਹੈ ਜੀ ਜੀ, ਫਿਰ ਮੈਂ ਹੋਰ ਡਿਟੇਲ ਨਾਲ ਦੱਸ ਦਿਆਂ, ਰਾਣਾ ਸਾਹਿਬ ਦਾ ਨੰਬਰ ਦੱਸ ਕੇ ਥੋੜ੍ਹੀ ਹੋਰ ਡਿਟੇਲ ਦੱਸ ਦਿਆਂ ਸ਼ੂਗਰ ਦੇ ਬਾਰੇ 'ਚ। ਰਾਣਾ ਸਾਹਿਬ ਦਾ ਨੰਬਰ ਪਲੀਜ਼ ਨੋਟ ਕਰ ਲਓ, ਉਹਨਾਂ ਨੂੰ ਵਟਸਐਪ 'ਤੇ ਮੈਸੇਜ ਕਰਨਾ। ਸਾਡੇ ਕੋਲ ਵਟਸਐਪ 'ਤੇ ਸਿਰਫ ਮੈਸੇਜ ਹੀ ਆਉਂਦੇ ਨੇ, ਕਾਲ ਨਹੀਂ ਹੁੰਦੀ, ਲੇਕਿਨ ਰਾਣਾ ਸਾਹਿਬ ਨੂੰ ਕਾਲ ਵੀ ਹੋ ਜਾਂਦੀ ਹੈ ਵਟਸਐਪ 'ਤੇ, ਉਹਨਾਂ ਨੇ ਸਪੈਸ਼ਲ ਫੋਨ ਰੱਖਿਆ ਹੋਇਆ। ਉਹਨਾਂ ਦਾ ਨੰਬਰ ਤੁਸੀਂ ਵਟਸਐਪ 'ਤੇ ਸੇਵ ਕਰੋ ਪਹਿਲੇ, 0092, ਇਹ ਪਾਕਿਸਤਾਨ ਦਾ ਕੋਡ ਹੈ, 0092334568888, ਯਾਨੀ 3x8 70। ਮੈਂ ਇੰਨੀ ਵਾਰੀ ਰਾਣਾ ਸਾਹਿਬ ਦਾ ਨੰਬਰ ਦੱਸਿਆ ਕਿ ਮੈਨੂੰ ਨਾ ਪੱਕਾ ਜ਼ਬਾਨੀ, ਸ਼ਾਇਦ ਰਾਣਾ ਸਾਹਿਬ ਨੂੰ ਆਪਦਾ ਨੰਬਰ ਯਾਦ ਨਾ ਹੋ, ਮੈਨੂੰ ਪੱਕਾ ਯਾਦ ਹੋ ਗਿਆ। ਦੁਬਾਰਾ ਰਿਪੀਟ ਕਰ ਦੇਣਾ, ਤੁਸੀਂ ਪੰਜਾਬੀ 'ਚ ਕਰ ਦਿਓ ਜਾਂ? ਬਿਲਕੁਲ ਜੀ, ਸੋ ਦੁਬਾਰਾ ਰਿਪੀਟ ਕਰ ਦਿੰਦੇ ਹਾਂ ਜੀ, ਸੋ ਰਾਣਾ ਸਾਹਿਬ ਦਾ ਨੰਬਰ ਹੈ 0092, ਜਿਹੜਾ ਕਿ ਕੋਡ ਹੈ ਪਾਕਿਸਤਾਨ ਦਾ, ਉਸ ਤੋਂ ਬਾਅਦ 334-56-888-70। ਸੋ 0092-334-56-888-70 ਇਹ ਨੰਬਰ ਹੈ, ਇਹਨੂੰ ਕਾਲ ਕਰ ਸਕਦੇ ਹੋ। ਬਹੁਤ ਸਾਰੇ ਫੋਨ ਮੈਨੂੰ ਆਉਂਦੇ, ਮੇਰਾ ਇੱਕ ਹੋਰ ਟੀਵੀ 'ਤੇ ਪ੍ਰੋਗਰਾਮ ਆਉਂਦਾ ਅਤੇ ਉਹਦੇ 'ਤੇ ਉਹ ਨੰਬਰ 20 ਸੈਕਿੰਡ ਲਈ ਨੰਬਰ ਆਉਂਦਾ, ਅਤੇ ਮੈਨੂੰ ਬਹੁਤ ਸਾਰੇ ਲੋਕ ਫੋਨ ਕਰਕੇ ਕਹਿੰਦੇ ਬੜਾ ਔਖਾ ਸੀ ਨੰਬਰ ਲਿਖਿਆ, ਉਹ 20 ਸੈਕਿੰਡ 'ਚ ਲਿਖਿਆ ਜਾਂਦਾ। 0092334-56-888-70 ਫਿਰ ਮੈਂ ਰਿਪੀਟ ਕਰਦੀ ਹਾਂ, 0092 ਕੋਡ ਹੈ, 334-56-888-70। ਅੱਛਾ, ਰਾਣਾ ਸਾਹਿਬ ਨੂੰ ਐਵੇਂ ਬਿਲਾ ਵਜ੍ਹਾ ਫੋਨ ਨਾ ਕਰਨ, ਉਹਨਾਂ ਨੂੰ ਨੌਲੇਜ ਨਹੀਂ ਹੈਗਾ ਇਸ ਸ਼ੂਗਰ ਦੇ ਬਾਰੇ 'ਚ। ਬਹੁਤ ਸਾਰੇ ਲੋਕ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਇੱਦਾਂ ਕੀ ਕਰਨਾ ਚਾਹੀਦਾ, ਇੱਦਾਂ ਕੀ ਕਰਨਾ ਚਾਹੀਦਾ, ਇੱਦਾਂ ਕਰਨਾ ਚਾਹੀਦਾ, ਉਹ ਕਹਿੰਦੇ ਮੈਨੂੰ ਕੀ ਪਤਾ ਇਹਦਾ ਕੀ ਕਰਨਾ, ਮੈਂ ਸਿਰਫ ਦਵਾਈ ਦੇਣੀ ਹੈ, ਇਹ ਡਾਕਟਰ ਸਾਹਿਬ ਨੂੰ ਪੁੱਛੋ, ਮੈਂ ਤਾਂ ਦਵਾਈ ਦੇਣੀ। ਰਾਣਾ ਸਾਹਿਬ ਨੂੰ ਪਿਛਲੇ ਦਿਨਾਂ 'ਚ ਇੱਕ ਸਰਦਾਰ ਨੇ ਮੋਟਰਵੇ 'ਤੇ ਪੁਲਿਸ ਵਾਲੇ ਨੇ ਫੜ ਲਿਆ, ਮੈਂ ਅੱਗੇ ਵੀ ਦੱਸਿਆ, ਉਹਨਾਂ ਨੇ ਫੜ ਲਿਆ ਉਹਨਾਂ ਨੂੰ, ਅਤੇ ਉਹਨਾਂ ਕਿਹਾ ਚਲਾਨ ਹੋਏਗਾ, ਉੱਥੇ ਸਾਡੀ ਪੁਲਿਸ ਬੜੀ ਸਖਤ ਆ, 120 ਦੀ ਸਪੀਡ ਤੋਂ ਉੱਤੇ ਹੋਏ ਅਤੇ ਉਹ ਚਲਾਨ ਕਰ ਦਿੰਦੇ ਜਗ੍ਹਾ ਜਗ੍ਹਾ ਕੈਮਰੇ। ਉਹ ਮੋਟਰਵੇ ਪੁਲਿਸ ਨੇ ਫੜ ਲਿਆ ਉਹਨਾਂ ਨੂੰ, ਅਤੇ ਉਹ ਸਰਦਾਰ ਸੀ, ਉਹ ਕੋਈ ਇੰਸਪੈਕਟਰ ਜਿਹੜਾ ਸੀ, ਨਾਂ ਨਹੀਂ ਮੈਨੂੰ ਯਾਦ, ਉਹਨਾਂ ਨੇ ਦੱਸਿਆ ਸੀ ਕੋਈ ਨਾਮ, ਅਤੇ ਉਹ ਉਹਨਾਂ ਨੂੰ ਕਹਿੰਦੇ ਕਿ ਮੈਂ ਸਾਰਾ ਦਿਨ ਸਰਦਾਰਾਂ ਦੀ ਖਿਦਮਤ ਕਰਦਾ ਅਤੇ ਮੈਨੂੰ ਜਾਣਦੇ ਹੋ ਜੀ, ਉਹ ਕਹਿੰਦੇ ਇੱਥੇ ਨਹੀਂ ਕੋਈ ਛੁੱਟ ਸਕਦਾ, ਜਿੰਨੀ ਮਰਜ਼ੀ ਖਿਦਮਤ ਕਰ ਦਿਓ। ਕਹਿੰਦਾ ਕਿ ਮੈਂ ਨਾ ਇਸ ਡਾਕਟਰ ਸਾਹਿਬ ਦੇ ਨਾਲ ਹਾਂ, ਅਤੇ ਮੈਂ ਸਾਰਾ ਦਿਨ ਸਰਦਾਰਾਂ ਨੂੰ ਨਾ ਦਵਾਈ ਭੇਜਦਾ। ਕਿਹਾ ਇਹ ਡਾਕਟਰ ਸਾਹਿਬ ਨਾਲ ਤੂੰ? ਕਿਹਾ ਹਾਂ। ਉਹਨੇ ਕਿਹਾ ਇਹ ਤਾਂ ਅਸੀਂ ਤਾਂ ਇਹਦੇ ਬੜੇ ਫੈਨ ਹਾਂ ਇਸ ਡਾਕਟਰ ਸਾਹਿਬ ਦੇ। ਕਿਹਾ ਤੁਸੀਂ ਕਿੱਦਾਂ ਫੈਨ ਹੋ ਗਏ? ਸਾਡੇ ਘਰ 'ਚ ਕਿਤੋਂ ਵੀਡੀਓ ਆਈ ਸੀਗੀ ਉਸ ਦਿਨ ਦੇ, ਅਸੀਂ ਉਹੀ ਵੇਖਦੇ ਹਾਂ, ਉਦਨ ਇੰਡੀਆ ਤੋਂ ਕਿਸੇ ਨੇ ਭੇਜੀ ਸੀ ਸਾਡੇ ਰਿਸ਼ਤੇਦਾਰ ਨੇ, ਅਤੇ ਉਸ ਦਿਨ ਦਾ ਸਾਡੇ ਘਰ 'ਚ ਇਹੀ ਡਾਕਟਰ ਚੱਲ ਰਿਹਾ, ਅਤੇ ਅਸੀਂ ਤਾਂ ਇਹਨਾਂ ਦੇ ਬੜੇ ਫੈਨ ਹਾਂ, ਅਤੇ ਅੱਛਾ ਹੁਣ ਤੂੰ ਜਾ ਫਿਰ। ਉਹਨੂੰ ਛੱਡਤਾ, ਉਹਦੇ ਚਲਾਨ ਨਹੀਂ ਕੀਤਾ, ਉਹਨੂੰ ਫੋਨ ਨੰਬਰ ਦਿੱਤਾ, ਉਹਨੂੰ ਫੋਨ ਨੰਬਰ ਦਿੱਤਾ ਕਿ ਜੇ ਤੈਨੂੰ ਲੋੜ ਵੀ ਪਵੇ ਨੈਕਸਟ ਤਾਂ ਮੈਨੂੰ ਫੋਨ ਕਰ ਲਈ। ਅਸੂਲ ਨਹੀਂ ਤੋੜਨੇ, ਅਸੂਲ ਤਾਂ ਹੁੰਦੇ ਹੀ ਤੋੜਨ ਲਈ ਹੈ ਨਾ, ਲੋਕ ਬਣਾਉਂਦੇ ਹੀ ਅਸੂਲ, ਇਸ ਲਈ ਹੈ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ, ਜਦਕਿ ਤੋੜਨੇ ਨਹੀਂ ਚਾਹੀਦੇ ਬਿਲਕੁਲ। ਅਤੇ ਇਹ ਤਾਂ ਹੋ ਗਿਆ ਰਾਣਾ ਸਾਹਿਬ ਦਾ ਫੋਨ ਨੰਬਰ, ਇਹਨਾਂ ਨੂੰ ਸਿਰਫ ਤੁਸੀਂ ਜਦੋਂ ਸ਼ੂਗਰ ਦੀ ਦਵਾਈ ਮੰਗਵਾਉਣੀ ਹੋਵੇ ਉਦੋਂ ਫੋਨ ਕਰਨਾ। ਅਗਲੀ ਗੱਲ ਹੁਣ ਸ਼ੂਗਰ ਦੀਆਂ ਆਪਾਂ ਟਿਪਸ ਦੱਸ ਰਹੇ ਸੀ, ਫੂਡਸ 'ਚ ਟਿਪਸ ਜਿਹੜੀਆਂ, 22 ਚੀਜ਼ਾਂ ਨਾਲ ਸ਼ੂਗਰ ਵੱਧਦੀ ਆ, ਜਿੰਨੀਆਂ ਵੀ 22 ਚੀਜ਼ਾਂ ਨੇ, 22 ਚੀਜ਼ਾਂ 'ਚ ਗੋਭੀ ਹੈ, ਜਿਸ ਦਿਨ ਤੁਸੀਂ ਪਾਲਕ ਸਾਗ ਗੋਭੀ ਖਾ ਲਓਗੇ ਤੁਹਾਡੀ ਸ਼ੂਗਰ ਇਨਕਰੀਜ਼ ਹੋ ਜਾਏਗੀ, ਤੁਸੀਂ ਗੌਰ ਕਰਨਾ। ਜਿਸ ਦਿਨ ਛੋਲੇ ਖਾ ਲਓਗੇ, ਚਨੇ ਜਿਹਨੂੰ ਅਸੀਂ ਚਨੇ ਕਹਿੰਦੇ, ਉਸ ਦਿਨ ਤੁਹਾਡੀ ਸ਼ੂਗਰ ਬਹੁਤ ਵੱਧ ਜਾਏਗੀ। ਜਿਸ ਦਿਨ ਤੁਸੀਂ ਰੋਟੀ 1 ਤੋਂ ਜ਼ਿਆਦਾ ਖਾ ਲਓਗੇ, ਜਿੰਨੀਆਂ ਰੋਟੀਆਂ ਖਾਂਦੇ ਜਾਓਗੇ ਉੱਨੀ ਸ਼ੂਗਰ ਉੱਪਰ ਚੜ੍ਹਦੀ ਜਾਏਗੀ। ਇੱਕ ਰੋਟੀ ਨਾਲ 100 ਡਿਗਰੀ ਵੱਧਦੀ, ਤੁਸੀਂ ਹਿਸਾਬ ਲਾ ਲਓ। ਅਤੇ ਸਾਡੀਆਂ ਰੋਟੀਆਂ ਜੇ ਛੋਟੀਆਂ ਛੋਟੀਆਂ, ਤਾਂ ਫਿਰ ਉਹਨੂੰ 80 ਕਰ ਲਓ, 80 ਡਿਗਰੀ ਕਰ ਲਓ, ਲੇਕਿਨ ਵਧਣੀ ਜ਼ਰੂਰ, ਔਰ ਫਿਰ ਉਹ ਵੱਧਦੀ ਰਹਿੰਦੀ ਕਾਫੀ, ਦੋ ਕੁ ਘੰਟੇ, ਅਤੇ 2 ਘੰਟਿਆਂ ਤੋਂ ਬਾਅਦ ਘਟਣੀ ਸ਼ੁਰੂ ਹੁੰਦੀ ਹੈ, ਇਸ ਲਈ ਮੈਂ ਕਹਿੰਦਾ ਕਿ 3 ਘੰਟੇ ਬਾਅਦ ਚੈੱਕ ਕਰੋ। ਅਤੇ ਬਿਹਤਰ ਇਹ ਹੈ ਕਿ ਤੁਸੀਂ ਰੋਟੀ ਜੇ ਅਗਰ 2 ਖਾਂਦੇ ਹੋ, ਤਾਂ 1-1 ਰੋਟੀ 3-3 ਘੰਟੇ ਬਾਅਦ ਖਾ ਲਓ, ਦੁਬਾਰਾ ਖਾ ਲਓ, ਲੇਕਿਨ ਖਾਓ ਵੀ ਥੋੜ੍ਹੀ, ਔਰ ਰੋਟੀ ਖਾਓ ਵੀ ਕੋਸ਼ਿਸ਼ ਕਰੋ ਹਫ਼ਤੇ 'ਚ 1 ਵਾਰੀ, ਬਾਕੀ 6 ਦਿਨ ਤੁਸੀਂ ਕੁਛ ਹੋਰ ਚੀਜ਼ਾਂ ਖਾਓ। ਫਿਰ ਸ਼ੂਗਰ ਦੇ ਪੇਸ਼ੈਂਟ ਲਈ ਜਿਹੜਾ ਫਰੂਟ ਆ, ਕੇਲਾ ਨਹੀਂ ਚੰਗਾ, ਜੇ ਉਹਨੂੰ ਯੂਰਿਕ ਐਸਿਡ ਆ ਫਿਰ ਉਹਦੇ ਲਈ ਐਪਲ ਨਹੀਂ ਚੰਗਾ, ਪਾਲਕ ਸਾਗ ਨਹੀਂ ਚੰਗਾ, ਇਹਦੇ ਨਾਲ ਸ਼ੂਗਰ ਬਹੁਤ ਵੱਧਦੀ। ਜਿਹਨੂੰ ਯੂਰਿਕ ਐਸਿਡ ਆ ਉਹਦੀ ਸ਼ੂਗਰ ਕੰਟਰੋਲ ਹੀ ਨਹੀਂ ਹੁੰਦੀ, ਜਿਹਦੀ ਸ਼ੂਗਰ ਕੰਟਰੋਲ ਨਹੀਂ ਹੋ ਰਹੀ ਔਰ ਕੋਈ ਵੀ ਦਵਾਈ ਖਾ ਰਿਹਾ ਔਰ ਉਹਦੇ ਨਾਲ ਕੰਟਰੋਲ ਨਹੀਂ ਹੋ ਰਹੀ, ਇਟ ਮੀਨਸ ਉਹਨੂੰ ਯੂਰਿਕ ਐਸਿਡ ਚੈੱਕ ਕਰਨਾ ਚਾਹੀਦਾ। ਉਹਨੂੰ ਆਪਣੇ ਯੂਰਿਕ ਐਸਿਡ ਨੂੰ ਅਗਰ ਬਾਰਡਰ ਲਾਈਨ ਦੇ ਕਰੀਬ ਆ ਤਾਂ ਉਹ ਵੀ ਜ਼ਿਆਦਾ, ਉਹਨੂੰ ਹਾਫ ਕਰਨਾ ਚਾਹੀਦਾ। ਔਰ ਯੂਰਿਕ ਐਸਿਡ ਦੀ ਦਵਾਈ ਤੁਹਾਨੂੰ ਮੈਂ ਦੱਸੀ ਹੋਈ ਹੈ, 1 ਚਮਚ ਓਲੀਵ ਆਇਲ, ਜੇ ਬਲੱਡ ਪ੍ਰੈਸ਼ਰ ਨਹੀਂ ਹੈਗਾ ਤਾਂ ਰਾਤ ਨੂੰ ਖਾਣਾ ਖਾ ਕੇ
ਇੱਕ ਚਮਚ ਓਲਿਵ ਆਇਲ ਰੋਜ਼ ਪੀ ਲਓ, ਯੂਰਿਕ ਐਸਿਡ ਨਹੀਂ ਰਹਿੰਦਾ, ਕੋਲੈਸਟ੍ਰੋਲ ਨਹੀਂ ਰਹਿੰਦਾ. ਅੱਛਾ, ਇਹ ਤਾਂ ਉਹ ਸੀਗੀ ਨਾ ਕਿ ਤੁਸੀਂ ਬਾਈ ਚੀਜ਼ ਨਹੀਂ ਖਾਣੀ. ਹੁਣ ਖਾਣੀ ਕੀ ਹੈ? ਤੁਸੀਂ ਉਹ ਤਾਂ ਦੱਸਤਾ ਕਿ ਫਿਸ਼ ਖਾਣੀ ਹੈ. ਦੂਸਰਾ ਇਹਦਾ ਜਿਹੜਾ ਸਭ ਤੋਂ ਅੱਛੀ ਦਵਾਈ ਹੈ ਜਿਹੜੀ ਸ਼ੂਗਰ ਨੂੰ ਥੱਲੇ ਕਰਦੀ ਹੈ ਉਹ ਹੈ ਓਲਿਵ ਆਇਲ. ਇੱਕ ਚਮਚ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਹੈਗਾ ਤਾਂ ਦੋ ਚਮਚ ਰਾਤ ਨੂੰ ਖਾਣਾ ਖਾ ਕੇ ਅਤੇ ਦੋ ਚਮਚ ਸੁਬਹਾ ਬਰੱਸ਼ ਕਰਨ ਤੋਂ ਫੌਰਨ ਬਾਅਦ, ਪਾਣੀ ਪੀਣ ਤੋਂ ਵੀ ਪਹਿਲਾਂ, ਉਸ ਤੋਂ 10 ਮਿੰਟ ਤੱਕ ਪਾਣੀ ਨਾ ਪੀਣਾ, ਜਾਂ ਪਾਣੀ ਪੀ ਲਓ, ਪਾਣੀ ਪੀ ਕੇ ਲੈ ਲੈਣਾ ਤੁਸੀਂ. ਦੋ ਚਮਚ ਸੁਬਹਾ ਅਤੇ ਦੋ ਚਮਚ ਰਾਤ ਨੂੰ ਓਲਿਵ ਆਇਲ ਅਸਲੀ, 100% ਅਸਲੀ, ਜਿਹਦੇ 'ਤੇ ਲਿਖਿਆ 100% ਔਰਗੈਨਿਕ ਐਕਸਟਰਾ ਵਰਜਨ, ਉਹਦਾ ਮਤਲਬ ਇਹ ਨਹੀਂ ਕਿ ਉਹ ਅਸਲੀ ਹੈ. ਉਹ ਅਸਲੀ 99% ਚਾਂਸ ਹੈ ਕਿ ਉਹ ਅਸਲੀ ਨਹੀਂ ਹੈ. ਜਿਹੜਾ ਅਸਲੀ ਹੈ ਉਹ ਤੁਸੀਂ ਮਹੀਨੇ ਬਾਅਦ ਆਪਣਾ ਕੋਲੈਸਟ੍ਰੋਲ ਚੈੱਕ ਕਰਾਓ, ਯੂਰਿਕ ਐਸਿਡ ਚੈੱਕ ਕਰਾਓ. ਜੇ ਤਾਂ ਉਹ ਡਾਊਨ ਹੋਇਆ ਤਾਂ ਫਿਰ ਤੁਹਾਡਾ ਓਲਿਵ ਆਇਲ ਅਸਲੀ ਹੈ. ਅਤੇ ਜੇ ਉਹਨੇ ਕੋਲੈਸਟ੍ਰੋਲ 'ਚ ਕੋਈ ਫਰਕ ਨਹੀਂ ਪਾਇਆ ਜਾਂ ਵਧਾ ਦਿੱਤਾ ਤਾਂ ਫਿਰ ਉਹ ਵੈਜੀਟੇਬਲ ਓਇਲ ਹੈ ਜਾਂ ਕੋਈ ਹੋਰ ਓਇਲ ਹੈ ਜਿਹਦੇ ਨਾਲ ਕੋਲੈਸਟ੍ਰੋਲ ਵੱਧਦਾ ਹਮੇਸ਼ਾ. ਅਤੇ ਤੁਸੀਂ ਅਗਰ ਦੋ ਬਲੱਡ ਪ੍ਰੈਸ਼ਰ ਨਹੀਂ ਹੈ ਅਤੇ ਦੋ ਚਮਚ ਰਾਤ ਨੂੰ ਅਤੇ ਦੋ ਚਮਚ ਸੁਬਹਾ ਨੂੰ ਇਹ ਆਪਣੀ ਦਵਾਈ ਦੇ ਨਾਲ ਐਡ ਕਰ ਲਓ, ਤੁਹਾਡੀ ਦਵਾਈ ਘੱਟ ਜਾਏਗੀ. ਅਤੇ ਜਿਵੇਂ ਆਪਾਂ 5 ਚੀਜ਼ਾਂ ਦੂਸਰੀਆਂ ਦੱਸੀਆਂ ਕਿ ਇੱਕ ਵਾਕ ਐਡ ਕਰ ਲਓ, ਸ਼ੂਗਰ ਹੋਰ ਥੱਲੇ ਆ ਜਾਏਗੀ, ਦਵਾਈ ਵੀ ਘਟਾਉਣੀ ਪਏਗੀ. ਅਤੇ ਜੇ ਤੁਸੀਂ ਬਲੱਡ ਪ੍ਰੈਸ਼ਰ ਹੈ ਤੁਹਾਨੂੰ ਤਾਂ ਫਿਰ ਤੁਸੀਂ ਓਲਿਵ ਆਇਲ ਜਿਹੜਾ ਉਹ ਅੱਧਾ ਚਮਚ ਅਤੇ ਅੱਧਾ ਚਮਚ ਕਰ ਦਿਓ ਸੁਬਹਾ ਅਤੇ ਸ਼ਾਮ. ਲੇਕਿਨ ਇਹ ਅੱਧੇ ਚਮਚ ਨਾਲ ਵੀ ਬਲੱਡ ਪ੍ਰੈਸ਼ਰ ਵਧੇਗਾ. ਉਹਨੂੰ ਲੋਅ ਕਰਨ ਦਾ ਤਰੀਕਾ ਵੀ ਮੈਂ ਨਾਲ ਦੱਸ ਦਿੰਦਾ. ਤੁਸੀਂ 2 ਲੀਟਰ ਪਾਣੀ ਦਾ ਇੱਕ ਜੱਗ ਲਓ ਜਿਹਦੇ 'ਤੇ ਢੱਕਣ ਲੱਗਾ ਹੋਵੇ, ਪਲਾਸਟਿਕ ਦੇ, ਪਲਾਸਟਿਕ ਦਾ ਨਹੀਂ ਲੈਣਾ, ਸ਼ੀਸ਼ੇ ਦਾ ਲੈਣਾ, ਢੱਕਣ ਬੇਸ਼ੱਕ ਪਲਾਸਟਿਕ ਦਾ ਹੋਵੇ. ਉਹਦੇ ਵਿੱਚ 1 ਚਮਚ ਤੁਕ ਮਲੰਗਾ ਸੁੱਟ ਦਿਓ. ਤੁਕ ਮਲੰਗਾ ਪਤਾ ਨਾ, ਤੁਕਮਾਨੀਆ ਸੀਡ, ਚੀਆ ਸੀਡ ਵਰਗੇ ਹੁੰਦੇ, ਲੇਕਿਨ ਚੀਆ ਸੀਡ ਤੋਂ ਬਿਹਤਰ, ਕੈਲਸ਼ੀਅਮ ਦਾ ਖਜ਼ਾਨਾ. 1 ਚਮਚ ਪੂਰਾ ਭਰ ਕੇ ਤੁਕ ਮਲੰਗਾ ਉਹਦੇ 'ਚ ਸੁੱਟ ਦਿਓ. ਉਹ ਫੁੱਲ ਜਾਣਗੇ ਸੀਡਸ, ਜਿਵੇਂ ਚੀਆ ਸੀਡਸ ਫੁੱਲ ਜਾਂਦੇ, ਇਵੇਂ ਹੀ ਉਹ ਫੁੱਲ ਜਾਂਦੇ ਨੇ, ਲੇਕਿਨ ਉਹ ਬੈਟਰ ਨੇ ਚੀਆ ਸੀਡ ਨਾਲੋਂ. 1 ਚਮਚਾ ਉਹ 2 ਲੀਟਰ ਜੱਗ ਦਾ ਦੱਸ ਰਿਹਾ ਉਹਨਾਂ ਨੂੰ. ਜੇ ਤੁਹਾਨੂੰ ਸ਼ੂਗਰ ਹੈਗੀ ਹੈ, ਸ਼ੂਗਰ ਨਹੀਂ ਹੈਗੀ ਤਾਂ 3 ਇੰਜੀਰ ਵਿੱਚ ਪਾ ਲਓ ਫਿਗਸ, ਅਤੇ ਜੇ ਸ਼ੂਗਰ ਹੈਗੀ ਹੈ ਫਿਰ 1 ਚਮਚਾ ਇਸ ਬਗੋਲ ਪਾ ਲਓ ਵਿੱਚ, ਇਸ ਬਗੋਲ ਅਤੇ 1 ਚਮਚਾ ਤੁਕ ਮਲੰਗਾ. ਇਹ ਦੋ ਚੀਜ਼ਾਂ ਤੁਸੀਂ ਇੱਕ ਗਲਾ ਜੱਗ 'ਚ 2 ਲੀਟਰ ਦੇ 'ਚ ਪਾ ਕੇ ਇਹ ਜਦੋਂ ਅੱਧਾ ਕੁ ਹੋ ਜਾਏ ਇਹਨੂੰ ਫਿਰ ਭਰ ਲਓ ਅਤੇ ਸ਼ਾਮ ਤੱਕ ਇਹਨੂੰ ਮੁਕਾ ਦਿਓ. ਯਾਨੀ 3-3.5 ਲੀਟਰ ਪਾਣੀ ਹੋ ਜਾਏਗਾ ਸਾਰੇ 'ਚ, ਤੁਹਾਡੇ 'ਚ ਰਹੇਗਾ ਸ਼ਾਮ ਤੱਕ 3.5 ਲੀਟਰ ਪਾਣੀ ਤੁਸੀਂ ਐਵਰੇਜ ਪੀਣਾ ਰੋਜ਼ ਦਾ. 2 ਲੀਟਰ 'ਚ ਸੁਬਹਾ ਪਾ ਲਿਆ, ਬਿਲਕੁਲ, ਜਦੋਂ ਅੱਧੇ ਤੋਂ ਥੋੜ੍ਹਾ ਥੱਲੇ ਇੰਨਾ ਕੁ ਰਹਿ ਜਾਏ, ਥੋੜ੍ਹਾ ਥੱਲੇ ਹੋ ਜਾਏ, ਅਤੇ ਉਹਦੇ 'ਚ 1.25 ਲੀਟਰ ਪਾਣੀ, 1.5 ਲੀਟਰ ਹੋਰ ਪਾ ਲਓ, ਫਿਰ ਭਰ ਲਓ ਅਤੇ ਸ਼ਾਮ ਤੱਕ ਉਹਨੂੰ ਮੁਕਾ ਦਿਓ ਸੌਣ ਤੋਂ ਪਹਿਲਾਂ. ਅਤੇ 3-4 ਦਿਨਾਂ 'ਚ ਹੀ ਤੁਸੀਂ ਚੈੱਕ ਕਰ ਲੈਣਾ ਤੁਹਾਡਾ ਬਲੱਡ ਪ੍ਰੈਸ਼ਰ. ਤੁਸੀਂ ਕਹੋਗੇ ਕਿ ਵੱਧ ਕਿਉਂ ਨਹੀਂ ਰਿਹਾ, ਤੁਸੀਂ ਹਰ ਵਕਤ ਨੀਂਦ ਆਉਂਦੀ ਰਹੇਗੀ, ਇਹਦਾ ਮਤਲਬ ਬਲੱਡ ਪ੍ਰੈਸ਼ਰ ਲੋਅ ਹੋ ਗਿਆ, ਸੁਸਤੀ ਹੋ ਰਹੀ ਹੈ. ਬਲੱਡ ਪ੍ਰੈਸ਼ਰ ਲੋਅ ਹੋਏ ਤਾਂ ਸੁਸਤੀ ਹੁੰਦੀ ਹੈ, ਨੀਂਦ ਆਉਂਦੀ ਹੈ. ਜਦੋਂ ਇਹ ਕੈਫੀਅਤ ਸ਼ੁਰੂ ਹੋ ਜਾਏ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਨਾ ਸ਼ੁਰੂ ਕਰ ਦਿਓ 3 ਕੁ ਦਿਨਾਂ ਬਾਅਦ, 3-4 ਦਿਨਾਂ ਬਾਅਦ. 3 ਦਿਨ ਕਾਫੀ ਹੈ ਇਹਦੇ ਲਈ. ਉਸ ਤੋਂ ਬਾਅਦ ਤੁਸੀਂ ਇਹ ਪੀਂਦੇ ਰਹੋ ਅਤੇ ਬੇਸ਼ੱਕ ਆਪਣੀ ਗੋਲੀ ਛੱਡ ਦਿਓ ਅਤੇ ਓਲਿਵ ਆਇਲ ਐਡ ਕਰ ਲਓ, ਫਿਰ ਤੁਹਾਡੀ ਸ਼ੂਗਰ ਨੂੰ ਇਹ ਫਾਇਦਾ ਦੇਣਾ ਸ਼ੁਰੂ ਕਰੋ. ਤੁਕਮਲੰਗਾ ਨੂੰ ਕੋਈ ਇੰਗਲਿਸ਼ ਵਰਡ ਹੈਗਾ ਇਹਨਾਂ ਦਾ? ਕੀ ਕਹਿੰਦੇ? ਮਾਰੀਆ ਸੀਡ ਵੀ ਕਹਿੰਦੇ ਇਹਨੂੰ. ਇਹਨੂੰ ਉਹ ਅਲਸੀ ਦਾ ਕਿ ਕਿਹਦਾ ਬੀਜ ਹੈ ਇਹ, ਉਹਨੂੰ ਇਹਨੂੰ ਅੰਗਰੇਜ਼ੀ 'ਚ ਇਹਦਾ ਨਾਂ ਹੈ. ਡਾਕਟਰ ਸਾਹਿਬ ਨੂੰ ਸੋਚਣ ਪਾ ਦਿੱਤਾ ਸੀ, ਦਿਮਾਗ 'ਚ ਚੀਜ਼ਾਂ ਬਹੁਤ ਚੱਲ ਰਹੀਆਂ ਹੁੰਦੀਆਂ ਨਾ, ਹੁਣ ਨੁਸਖੇ ਚੱਲ ਰਹੇ ਸੀਗੇ ਇਹਨੂੰ, ਹੁਣੇ ਆਉਂਦਾ ਮੇਰੇ ਦਿਮਾਗ 'ਚ, ਮੈਂ ਦੱਸ ਦਿੰਦਾ. ਤੁਕ ਮਾਨੀਆ ਕਹਿੰਦੇ ਇਹਨੂੰ, ਉੱਤੇ ਲਿਖਿਆ ਹੁੰਦਾ. ਆਪਾਂ ਕਿਸੇ ਵਕਤ ਅਗਲੀ ਵਾਰੀ ਇੱਥੇ, ਮੈਂ ਕਲੀਨਿਕ 'ਚ ਇੱਕ ਪੈਕਟ ਰੱਖਿਆ ਅਕਸਰ ਲੋਕਾਂ ਨੂੰ ਉਹਦੀ ਪਿਕਚਰ ਦੇਣਾ, ਕਿਆ ਲੈ ਲਓ $2-2.5 ਦਾ ਆਉਂਦਾ, ਐਡੇ ਸਾਰਾ ਪੈਕਟ ਆ ਜਾਂਦਾ, ਉਹ ਮਹੀਨਾ 20 ਦਿਨ ਕੜ ਜਾਏਗਾ ਤੁਹਾਡਾ, $2-2 ਦਾ, ਕੁਛ ਵੀ ਨਹੀਂ. ਆਪਣੇ ਤਾਂ ਉੱਥੇ ਬਹੁਤ ਸਸਤਾ ਹੋਏਗਾ. ਤੁਕ ਮਲੰਗਾ ਜਾਂ ਤੁਕ ਮਾਨੀਆ, ਕਾਲੇ ਕਾਲੇ ਕਲੌਂਜੀ ਵਰਗੇ ਸੀਡ ਹੁੰਦੇ, ਲੇਕਿਨ ਕਲੌਂਜੀ ਫੁੱਲਦੀ ਨਹੀਂ, ਇਹ ਫੁੱਲ ਜਾਂਦਾ, ਫੁੱਲ ਜਾਂਦੇ, ਲੇਕਿਨ ਇਹ ਠੰਡਾ ਬਹੁਤ ਹੁੰਦਾ. ਅੱਜ ਕੱਲ੍ਹ ਗਰਮੀਆਂ ਨੇ ਇੰਡੀਆ 'ਚ ਅਤੇ ਪਾਕਿਸਤਾਨ ਇੰਡੀਆ 'ਚ ਤਾਂ ਸਭ ਨੂੰ ਪੀਣਾ ਚਾਹੀਦਾ ਹੈ. ਇਹ ਅਸੀਂ ਪੀਂਦੇ ਵੀ ਹੁੰਦੇ ਸੀ ਉੱਥੇ, ਅਸੀਂ ਤਾਂ ਸ਼ਰਬਤ 'ਚ ਪਾ ਕੇ ਪੀਂਦੇ ਸੀ. ਤੁਸੀਂ ਖਾਲੀ ਪਾਣੀ 'ਚ ਪਾ ਕੇ ਇਹ ਰੱਖ ਲੈਣਾ. 1 ਚਮਚ ਇਸ ਬਗੋਲ ਛਿਲਕਾ ਅਤੇ 1 ਚਮਚ ਤੁਕ ਮਲੰਗਾ ਸੀਡਸ. ਅਤੇ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ ਤਾਂ 3 ਵਿੱਚ ਇੰਜੀਰ ਵੀ ਸੁੱਟ ਦਿਓ. ਓਕੇ, ਅਤੇ ਸ਼ਾਮ ਨੂੰ ਇੰਜੀਰ ਖਾ ਲੈਣਾ ਜਦੋਂ ਪਾਣੀ ਤੇ ਦੂਸਰੀ ਵਾਰੀ ਮੁੱਕ ਜਾਏ, ਅਤੇ ਸੁਬਹਾ ਨੂੰ ਫਿਰ ਇਹ ਸ਼ੁਰੂ ਕਰ ਦੇਣਾ. ਅਤੇ ਤੁਸੀਂ ਦੇਖਣਾ ਤੁਹਾਡੇ ਬੜੇ ਸਾਰੇ ਫਾਇਦੇ. ਨੋ ਕੌਂਸਟੀਪੇਸ਼ਨ, ਕੌਂਸਟੀਪੇਸ਼ਨ ਦਾ ਇਲਾਜ ਹੈ, ਸਟਮਕ ਦਾ ਇਲਾਜ ਹੈ, ਹੱਡੀਆਂ ਦਾ ਇਲਾਜ ਹੈ, ਕੈਲਸ਼ੀਅਮ ਹੈ ਇਹਦੇ 'ਚ ਬਹੁਤ, ਫਿਰ ਬਲੱਡ ਪ੍ਰੈਸ਼ਰ ਦਾ ਇਲਾਜ ਹੈ, ਕਿੱਧਰੋਂ ਸ਼ੂਗਰ ਅਤੇ ਕਿੱਧਰ ਕਿੱਧਰ ਬਲੱਡ ਪ੍ਰੈਸ਼ਰ 'ਤੇ ਪਹੁੰਚ ਗਏ. ਜੀ ਬਿਲਕੁਲ. ਸੋ ਕਿਆ ਇਹ ਸਾਰੀਆਂ ਬਿਮਾਰੀਆਂ ਡਾਕਟਰ ਸਾਹਿਬ ਇੰਟਰਕਨੈਕਟ ਹੈਗੀਆਂ ਨੇ ਆਪਸ ਦੇ ਵਿੱਚ, ਸਾਰਿਆਂ ਦਾ ਲਿੰਕ ਹੈਗਾ? ਜੇ ਇੱਕ ਚੀਜ਼ ਠੀਕ ਹੋ ਜਾਂਦੀ ਹੈ ਤੁਸੀਂ ਨੋਟ ਕਰਿਓ, ਦੂਜੀ ਚੀਜ਼ ਆਪੇ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ.
ਪਰ ਉਹ ਇਹ ਹੈ ਕਿ ਜੇ ਇੱਕ ਚੀਜ਼ ਵੱਧਦੀ ਹੈ ਖਰਾਬ ਹੁੰਦੀ ਹੈ ਤਾਂ ਦੂਜੀ ਚੀਜ਼ ਵੀ ਨਾਲ ਖਰਾਬ ਜਿਹੜੀ ਹੋਣ ਲੱਗ ਜਾਂਦੀ ਹੈ। ਡਾਕਟਰ ਸਾਹਿਬ ਬਹੁਤ ਸਾਰੇ ਅੱਜ ਅਸੀਂ ਗੱਲ ਕੀਤੀ ਸ਼ੂਗਰ ਦੇ ਬਾਰੇ, ਹੋਰ ਸਵਾਲ ਤਾਂ ਰਹਿ ਹੀ ਗਏ ਆ, ਜਿਹੜੀ ਮੇਰੇ ਕੋਲ ਲਿਸਟ ਪਈ ਹੈ। ਸੋ ਇਹ ਹੈ ਕਿ ਇਹ ਜ਼ਰੂਰੀ ਸੀਗਾ ਕਿਉਂਕਿ ਥੋੜ੍ਹੇ ਟਾਈਮ ਬਾਅਦ ਕੋਈ ਨਾ ਕੋਈ ਸਵਾਲ ਆ ਜਾਂਦਾ ਅਤੇ ਥੋੜ੍ਹੇ ਟਾਈਮ ਬਾਅਦ ਤੁਹਾਡੇ ਤੋਂ ਸਾਨੂੰ ਨਵਾਂ ਨੁਸਖਾ, ਨਵੀਂ ਸਲਾਹ ਜਿਹੜੀ ਉਹ ਵੀ ਮਿਲ ਜਾਂਦੀ ਹੈ। ਸੋ ਮੈਨੂੰ ਲੱਗਦਾ ਪੁੱਛਦੇ ਰਹੀਏ ਅਸੀਂ ਇਹ ਸਵਾਲ, ਪਰ ਇਹ ਹੈ ਕਿ ਸਵਾਲ ਦੇ ਵਿੱਚ ਜਵਾਬ ਜਿਹੜਾ ਉਹਦੇ ਨਾਲ ਬਹੁਤ ਸਾਰੇ ਲੋਕ ਠੀਕ ਵੀ ਹੋ ਜਾਂਦੇ ਆ। ਸੋ ਇਹ ਜੇ ਸਵਾਲ ਨਾ ਆਉਣ ਤਾਂ ਵੀ ਅਸੀਂ ਕਹਿੰਦੇ ਹਾਂ ਕਿ ਬਿਹਤਰ ਹੈਗਾ। ਸੋ ਸ਼ੂਗਰ ਦੇ ਸੰਬੰਧੀ ਅਸੀਂ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਦੇ ਰਵਾਂਗੇ, ਪਰ ਰਾਣਾ ਜੀ ਤੋਂ ਕਾਲ ਕਰਕੇ ਦਵਾਈ ਮੰਗਵਾਈ ਜਾ ਸਕਦੀ ਹੈ, ਖਾਸ ਕਰਕੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ। ਅਤੇ ਅਕਸਰ ਸਾਨੂੰ ਸਵਾਲ ਇਹ ਵੀ ਆ ਜਾਂਦਾ ਕਿ ਇੰਡੀਆ ਵਾਲੇ ਕੀ ਕਰਨ, ਉਹਦਾ ਵੀ ਤੁਸੀਂ ਦੱਸਿਆ ਹੋਇਆ ਕਿ ਇੰਡੀਆ ਵਾਲੇ ਵਾਇਆ ਕਿਸੇ ਵੀ ਕੰਟਰੀ ਤੋਂ ਮੰਗਾ ਸਕਦੇ ਆ, ਦੁਬਈ ਤੋਂ, ਕੈਨੇਡਾ ਤੋਂ, ਕਿਤੇ ਵੀ ਹੋਰ ਕੰਟਰੀ ਤੋਂ ਮੰਗਾ ਸਕਦੇ, ਸਿੱਧੀ ਚਲੋ ਟ੍ਰੇਡ ਨਹੀਂ ਹੈਗੀ। ਰਾਣਾ ਸਾਹਿਬ ਕਹਿ ਰਹੇ ਸੀਗਾ ਕਿ ਪਤਾ ਨਹੀਂ ਉਹਨਾਂ ਨੇ ਕਿਸੇ ਔਕਾਫ ਵਾਲੇ ਨਾਲ ਗੱਲ ਕੀਤੀ ਆ, ਉਹਨਾਂ ਦੇ ਉੱਧਰ ਵੀ ਹੁੰਦੇ ਆ ਆਫਿਸਿਸ ਤੇ, ਇੱਧਰ ਵੀ ਹੁੰਦੇ ਆ ਜਿਹੜੇ ਓਲਡ ਬਿਲਡਿੰਗਸ ਨੂੰ ਡੀਲ ਕਰਦੇ, ਗੁਰਦੁਆਰਿਆਂ ਨੂੰ ਡੀਲ ਕਰਦੇ, ਅਤੇ ਉਹ ਕਹਿੰਦੇ ਸੀ ਅਸੀਂ ਪਹੁੰਚਾ ਦਿਆ ਕਰਾਂਗੇ, ਤਾਂ ਸ਼ਾਇਦ ਸ਼ਾਇਦ ਰਾਣਾ ਸਾਹਿਬ ਇੰਡੀਆ 'ਚ ਪਹੁੰਚਾ ਦਿਆ ਕਰਨ। ਉਹ ਅਸੀਂ ਜੇ ਖੁਸ਼ਖਬਰੀ ਆਈ ਹੈ, ਹਾਂ ਜੇ ਖੁਸ਼ਖਬਰੀ ਆਈ ਹੈ ਤਾਂ ਅਸੀਂ ਜ਼ਰੂਰ ਸਾਂਝੀ ਕਰਾਂਗੇ। ਸੋ ਡਾਕਟਰ ਸਾਹਿਬ ਅੱਜ ਦੀ ਇਨਫੋਰਮੇਸ਼ਨ ਦੇ ਲਈ ਥੈਂਕ ਯੂ ਸੋ ਮੱਚ। ਮੈਸੇਜ, ਚੰਗਾ ਮੈਸੇਜ ਕੀ ਹੋਏਗਾ? ਅਰਸ਼, ਕਦੇ ਕਰਜ਼ ਲਿਆ ਕਿਸੇ ਤੋਂ ਤੁਸੀਂ? ਰੱਬ ਨਾ ਹੀ ਕਰੇ, ਕਰਜ਼ ਨਹੀਂ ਲੈਣਾ ਕਿਸੇ ਤੋਂ, ਭੁੱਖੇ ਰਹਿ ਲੈਣਾ। ਬੈਂਕਾਂ ਤੋਂ ਲਿਆ ਹੈ? ਬੈਂਕਾਂ ਤੋਂ ਲਿਆ, ਉਹ ਇਹਨਾਂ ਮੁਲਕਾਂ 'ਚ ਲੈਣਾ ਪੈਂਦਾ, ਸਟ੍ਰੈਸ ਹੈ ਬਹੁਤ ਵੱਡਾ। ਤੁਸੀਂ ਦੇਖੋ ਨਾ ਕਿ ਤੁਸੀਂ ਉਹ ਬੈਂਕਾਂ ਦੇ ਘਰ ਹੈ ਨਾ, ਗੱਡੀਆਂ ਬੈਂਕਾਂ ਦੀਆਂ, ਤੁਹਾਡਾ ਤਾਂ ਕੁਛ ਨਹੀਂ ਹੈ ਨਾ, ਤੁਸੀਂ ਤਾਂ ਕਿਰਾਏਦਾਰ ਹੋ ਉਹਨਾਂ ਦੇ। ਜਿਹੜਾ ਕਰਜ਼ ਹੈ ਨਾ, ਇਹ ਉਤਾਰਿਆ ਜਾ ਸਕਦਾ, ਸਾਰੇ ਕਰਜ਼ੇ ਉਤਾਰੇ ਜਾ ਸਕਦੇ, ਸਾਰੇ ਕਰਜ਼ੇ ਉਤਾਰੇ ਜਾ ਸਕਦੇ ਆ। ਤੁਸੀਂ ਮਿਹਨਤ ਕਰੋ, ਪੈਸੇ ਆ ਜਾਣ, ਤੁਸੀਂ ਸਾਰੇ ਕਰਜ਼ੇ ਲਾ ਦਿਓਗੇ। ਇੱਕ ਕਰਜ਼ਾ ਜਿਹੜਾ ਲਾਇਆ ਨਹੀਂ ਜਾ ਸਕਦਾ, ਮਾਂ ਦਾ ਕਰਜ਼, ਮਾਂ ਅਤੇ ਪਿਓ ਦਾ, ਦੋਵਾਂ ਦਾ, ਮਾਂ ਬਾਪ ਦਾ ਕਰਜ਼, ਵਾਲਦੈਨ ਦਾ ਕਰਜ਼ ਤੁਸੀਂ ਲਾ ਨਹੀਂ ਸਕਦੇ ਜਿੰਨਾ ਮਰਜ਼ੀ। ਉਸ ਇੱਕ ਰਾਤ ਦਾ ਕਰਜ਼ ਨਹੀਂ ਲਾ ਸਕਦੇ, ਜਦੋਂ ਤੁਸੀਂ ਵੈਟ ਕਰਤਾ ਸੀ ਬੈੱਡ ਨੂੰ ਅਤੇ ਉਹਨੇ ਤੁਹਾਨੂੰ ਸੁੱਕੇ ਪਾਸੇ ਪਾ ਦਿੱਤਾ ਅਤੇ ਆਪ ਵੈਟ ਪਾਸੇ ਪੈ ਗਏ, ਉਹ ਇੱਕ ਰਾਤ ਦਾ ਕਰਜ਼ ਤੁਸੀਂ ਪੂਰੀ ਜ਼ਿੰਦਗੀ ਕੋਸ਼ਿਸ਼ ਕਰਦੇ ਰਹੋ, ਤੁਸੀਂ ਨਹੀਂ ਲਾ ਸਕਦੇ। ਮੇਰੀਆਂ ਅੱਖਾਂ 'ਚ ਅੰਸੂ ਆ ਰਹੇ ਨੇ ਇਹ ਗੱਲ ਸੋਚ ਕੇ ਕਿ ਮਾਂ ਕਿੰਨੀ ਤੁਹਾਡੇ ਨਾਲ ਪਿਆਰ ਕਰਦੀ ਆ ਔਰ ਕਿੰਨਾ ਤੁਹਾਡੇ ਨਾਲ ਤੁਹਾਡਾ ਅਹਿਸਾਸ ਕਰਦੀ। ਤੁਸੀਂ ਮਾਂ ਪਿਓ ਦਾ ਕਰਜ਼ ਨਹੀਂ ਲਾ ਸਕਦੇ। ਅਤੇ ਜਿਹੜੇ ਬੱਚੇ ਮਾਂ ਪਿਓ ਨਾਲ ਜ਼ਿਆਦਤੀ ਕਰ ਜਾਂਦੇ ਨੇ, ਮਾਂ ਪਿਓ ਨੂੰ ਭੁੱਲ ਜਾਂਦੇ ਨੇ, ਜਦੋਂ ਵੱਡੇ ਹੁੰਦੇ ਨੇ ਬੀਵੀ ਲੈ ਕੇ ਅਤੇ ਦੂਜੇ ਪਾਸੇ ਟੁਰ ਜਾਂਦੇ ਨੇ, ਨਾ ਕਰੋ। ਮਾਂ ਪਿਓ ਦੀ, ਮਾਂ ਪਿਓ ਦੀ ਜਗ੍ਹਾ ਅਤੇ ਬੀਵੀ ਦੀ ਜਗ੍ਹਾ, ਬੀਵੀ ਦੀ ਜਗ੍ਹਾ। ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਬੀਵੀ ਨੂੰ ਨਾ ਤੁਸੀਂ ਰਿਸਪੈਕਟ ਦਿਓ, ਉਹਨੂੰ ਉਹਦੀ ਜਗ੍ਹਾ 'ਤੇ ਪੂਰੀ ਰਿਸਪੈਕਟ ਦਿਓ, ਲੇਕਿਨ ਮਾਂ ਬਾਪ ਦਾ ਜਿਹੜਾ ਕਰਜ਼ ਤੁਹਾਡੇ 'ਤੇ ਆ ਨਾ, ਉਹਨੂੰ ਲਾਉਣ ਦੀ ਵੀ ਕੋਸ਼ਿਸ਼ ਕਰੋ। ਅਤੇ ਰੱਬ ਜਿਹੜਾ ਉਹ ਸਾਰੇ ਕਰਜ਼ੇ ਮਾਫ਼ ਕਰ ਦੇਗਾ ਸ਼ਾਇਦ, ਇਹ ਮਾਂ ਪਿਓ ਦਾ ਕਰਜ਼ ਜਿਹੜਾ ਤੁਸੀਂ ਦੇਣਾ ਨਾ, ਇਹਨੂੰ ਮਾਫ਼ ਨਹੀਂ ਕਰ ਸਕੇਗਾ, ਇਹਨੂੰ ਮਾਫ਼ ਨਹੀਂ ਕਰਨਾ ਉਹਨੇ। ਉਹ ਕਰ ਤਾਂ ਸਕਦਾ ਕਰਨ ਨੂੰ ਜੋ ਮਰਜ਼ੀ ਕਰਦੇ, ਲੇਕਿਨ ਉਹਨੇ ਮਾਂ ਪਿਓ ਦਾ ਦਿੱਤਾ ਹੋਇਆ ਜਿਹੜਾ ਕਰਜ਼ਾ ਨਾ ਤੁਹਾਨੂੰ, ਜੇ ਤੁਸੀਂ ਉਹਨਾਂ ਨੂੰ ਪਿਆਰ ਨਾ ਦਿੱਤਾ ਉਹਨਾਂ ਦੇ ਬੁਢਾਪੇ 'ਚ, ਇਹ ਮਾਫ਼ ਨਹੀਂ ਹੋਣਾ। ਉਹ ਬੰਦਾ ਤਬਾਹ ਹੋ ਗਿਆ ਜਿਹਨੇ ਇਹ ਪ੍ਰੋਫਿਟ ਦੀ ਸੇਂਗ, ਮੈਂ ਤੁਹਾਨੂੰ ਸੁਣਾ ਰਿਹਾ, ਉਹ ਬੰਦਾ ਤਬਾਹ ਹੋ ਗਿਆ ਜਿਹਨੇ ਮਾਂ ਅਤੇ ਪਿਓ 'ਚੋਂ ਕੋਈ ਇੱਕ ਬੁੱਢਾ ਪਾਇਆ, ਓਲਡ ਏਜ 'ਚ ਪਾਇਆ, ਅਤੇ ਉਸ ਤੋਂ ਬਾਅਦ ਉਹਨੇ ਜੰਨਤ ਨਹੀਂ ਹਾਸਲ ਕੀਤੀ। ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ ਰੱਬ ਹਰ ਜਗ੍ਹਾ 'ਤੇ ਨਹੀਂ ਹੋ ਸਕਦਾ, ਇਸੇ ਕਰਕੇ ਉਹਨਾਂ ਨੇ ਮਾਂ ਬਾਪ ਬਣਾਏ। ਰੱਬ ਹਰ ਜਗ੍ਹਾ 'ਤੇ ਹੋ ਸਕਦਾ, ਹਰ ਜਗ੍ਹਾ 'ਤੇ ਨਾਲ ਨਹੀਂ ਹੋ ਸਕਦਾ, ਜੇ ਤੁਸੀਂ ਦੀਦਾਰ ਨਹੀਂ ਦੇ ਸਕਦਾ, ਆਪਣੇ ਨਾਲ ਨਹੀਂ ਖੜਾ ਹੋ ਸਕਦਾ ਆ ਕੇ। ਸੋ ਇਸੇ ਕਰਕੇ ਮਾਂ ਬਾਪ ਹੈ ਕਿ ਮਾਂ ਬਾਪ ਦੇ ਪੈਰਾਂ ਦੇ ਵਿੱਚ ਜੰਨਤ ਹੈ, ਨਾਲ ਖੜੇ ਹੁੰਦੇ ਹਨ। ਜੀ ਬਿਲਕੁਲ। ਸੋ ਤੇ ਇਸ ਮੈਸੇਜ ਨੂੰ ਪਲੀਜ਼ ਤੁਸੀਂ, ਚਾਹੇ ਹੋਰਾਂ 'ਤੇ ਨਹੀਂ ਵੀ ਅਮਲ ਕਰਨਾ, ਇਹਦੇ 'ਤੇ ਜ਼ਰੂਰ ਅਮਲ ਕਰਨਾ, ਇਹ ਮੈਸੇਜ ਨੂੰ ਨਾ ਭੁੱਲਣਾ। ਆਪਣਾ ਖਿਆਲ ਰੱਖੋ, ਮੇਰਾ ਵੀ ਖਿਆਲ ਰੱਖੋ, ਮੇਰਾ ਖਿਆਲ ਮੇਰੇ ਲਈ ਦੁਆ ਕਰਨਾ, ਅਰਸ਼ ਦਾ ਵੀ ਖਿਆਲ ਰੱਖੋ ਇਹਦੇ ਲਈ ਵੀ ਦੁਆ ਕਰੋ, ਅਤੇ ਆਪਣਾ ਵੀ ਬਹੁਤ ਜ਼ਿਆਦਾ ਖਿਆਲ ਰੱਖੋ ਅਤੇ ਖੁਸ਼ ਰਹੋ ਅਤੇ ਹੱਸਦੇ ਵਸਦੇ ਰਹੋ। ਥੈਂਕ ਯੂ ਡਾਕਟਰ ਸਾਹਿਬ, ਵਾਂਸ ਅਗੇਨ ਥੈਂਕ ਯੂ। ਸੋ ਡਾਕਟਰ ਮੁਰਤਜ਼ਾ ਦੇ ਨਾਲ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਬਹੁਤ ਸੋਹਣਾ, ਬਹੁਤ ਖੂਬਸੂਰਤ ਮੈਸੇਜ ਦਿੱਤਾ ਹੈਗਾ। ਸੋ ਆਪਣੇ ਮਾਂ ਪਿਓ ਦਾ ਹਮੇਸ਼ਾ ਆਦਰ ਕਰੋ, ਉਹਨਾਂ ਦੀ ਗੱਲ ਮੰਨੋ, ਉਹਨਾਂ ਦੇ ਨਾਲ ਬੈਠੋ, ਟਾਈਮ ਸਪੈਂਡ ਕਰੋ, ਅਤੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ। ਸਿਹਤ ਦਾ ਧਿਆਨ ਰੱਖੋਗੇ ਤਾਂ ਹੀ ਅਸੀਂ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਹੋਰ ਅੱਗੇ ਵੱਧ ਸਕਦੇ ਹਾਂ। ਸਿਹਤ ਹੈ ਤਾਂ ਸਭ ਕੁਛ ਹੈ। ਸਿਹਤ ਸੰਬੰਧੀ ਹੋਰ ਗੱਲਬਾਤ ਕਰਨ ਦੇ ਲਈ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ।